ਟਿੱਬੇ ਵਾਲੇ ਬੰਟੀ ਦੀ ਰੇਡ, ਜਲਾਲ ਪ੍ਰਿਆ ਪਾਲਾ ਸੋਹਣ ਸਿੰਘ ਦਾ ਪੁੱਤਰ, ਸਵਾਦ ਕਬੱਡੀ 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 ਵਰਲਡ ਕੱਪ ਤੋਂ ਵੀ ਵੱਧ ਲੱਗ ਰਿਹਾ। ਓ ਯਾਦਿਆ ਸੁਰਖ ਪਰਵਾਰਿਆ ਸਵਾਦ ਤੂੰ ਕਰ ਦਿੱਤਾ ਏ, ਲਓ ਸਾਹਮਣੇ ਕਬੱਡੀ ਮੇਰੇ ਵੀਰਿਓ, ਜਲਾਲਪੁਰੀਆ ਜਲਾਲਪੁਰੀਆ ਪਾਲਾ ਪਾਲਾ ਦੁਨੀਆਂ ਦਾ ਸਿਰੇ ਦਾ ਟੋਪਰ ਜਾਫੀ, ਜਲਾਲਪੁਰੀਆ ਪਾਲਾ ਤੇ ਮਲਿਆਂ ਦਾ ਜਾਫਾ ਏ, ਪੁੱਠੇ ਸਿੱਧੇ ਦਾ ਮਾਰ ਚੜ ਦੇ ਕਿਤਾਬਾਂ। ਸਤਿ ਸ਼੍ਰੀ ਅਕਾਲ ਦੋਸਤੋ, ਬੈਸਟ ਮੈਚਾਂ ਦੀ ਲੜੀ ਦੇ ਵਿੱਚ ਆਹ ਵਾਲਾ ਜਿਹੜਾ ਮੈਚ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ, ਇਹ ਦੁਬਈ ਦੇ 2018 ਕਬੱਡੀ ਕੱਪ ਦਾ ਹੈ। ਕਾਰਫੇਅਰ ਗਰੁੱਪ ਵੱਲੋਂ ਇਹ ਕਬੱਡੀ ਕੱਪ ਕਰਵਾਇਆ ਗਿਆ। ਇੱਕ ਪਾਸੇ ਖੇਡ ਰਹੀ ਸੀ ਗੁਰਦਾਸਪੁਰ ਲਾਇਨਸ ਦੀ ਟੀਮ ਔਰ ਦੂਸਰੇ ਪਾਸੇ ਕੁਬੇਨ ਕਿੰਗਸ ਦੀ ਟੀਮ ਖੇਡ ਰਹੀ ਸੀ। ਦੋਸਤੋ ਤੁਹਾਨੂੰ ਦੱਸ ਦਈਏ, ਗੁਰਦਾਸਪੁਰ ਲਾਇਨਸ ਦੇ ਵਿੱਚ ਪਾਲਾ ਜਲਾਲਪੁਰੀਆ, ਫਰਿਆਦ ਅਲੀ, ਇੰਦਰਜੀਤ ਕਲਸੀਆਂ, ਕਮਲ ਟਿੱਬਾ, ਗੱਗੀ ਖੀਰਾਂਵਾਲੀ, ਨਿਰਮਲ ਲੋਪੋਕੇ, ਰਿੰਕੂ ਖਰੇਤੀ, ਸਨੀ ਆਦਮਵਾਲ, ਰਾਜੂ ਕੋਟਲਾਪਰੀ ਅਤੇ ਹੁਸ਼ਿਆਰਾ ਬੋਪਰ ਖੇਡ ਰਹੇ ਸੀ। ਇਹ ਉਹ ਸਾਰੇ ਖਿਡਾਰੀ ਨੇ ਜਿਹੜੇ ਗੁਰਦਾਸਪੁਰ ਦੀ ਟੀਮ ਦੇ ਵਿੱਚ ਖੇਡੇ। ਔਰ ਦੂਸਰੇ ਪਾਸੇ ਕੁਬੇਨ ਕਿੰਗਸ ਦੇ ਵਿੱਚ ਯਾਦਾ ਸੁਰਖਪੁਰੀਆ, ਜੋਧਾ ਸੁਰਖਪੁਰੀਆ, ਜੋਤਾ ਮਹਿਮਦਵਾਲ, ਬੰਟੀ ਟਿੱਬਾ, ਸ਼ਰਨਾ ਡੱਗੋਰਮਾਣਾ, ਕਾਲਾ ਧਨੌਲਾ ਅਤੇ ਰਵੀ ਦਿਓਰਾ ਵਰਗੇ ਖਿਡਾਰੀ ਜਿਹੜੇ ਉਹ ਕੁਬੇਨ ਕਿੰਗਸ ਦੀ ਟੀਮ ਦੇ ਵਿੱਚ ਖੇਡੇ। ਦੋਸਤੋ ਤੁਹਾਨੂੰ ਦੱਸ ਦਈਏ ਕਿ ਕਾਫੀ ਇੰਟਰਸਟਿੰਗ ਮੈਚ ਹੈ ਔਰ ਇੱਥੇ ਪਹੁੰਚੇ ਹੋਏ ਸਾਰੇ ਦਰਸ਼ਕਾਂ ਨੇ ਬੜਾ ਹੀ ਇਸ ਮੈਚ ਦਾ ਲੁਤਫ ਲਿਆ। ਤੁਸੀਂ ਵੀ ਇਸ ਮੈਚ ਨੂੰ ਦੇਖੋ ਔਰ ਦੇਖੋ ਕਿ ਕਿਹੜੀ ਟੀਮ ਹੈ ਜਿਹੜੀ ਇਸ ਮੈਚ ਨੂੰ ਜਿੱਤਦੀ ਹੈ। ਇੰਜੋਏ ਕਰੋ। ਇਹਦੇ ਨਾਲ ਢੋਲੀ ਵੀਰ ਨੂੰ ਵੀ ਬੇਨਤੀ ਕਰਦੇ ਵੀ ਜਦੋਂ ਮੈਚ ਸਮਾਪਤ ਹੋਵੇਗਾ ਫਿਰ ਹੀ ਆਪਾਂ ਭੰਗੜੇ ਦਾ ਜੋ ਸ਼ੋਅ ਕਰਨਾ, ਕਿਉਂਕਿ ਮੈਚ ਬੜਾ ਸਿਰੇ ਦਾ ਦੋਨੋਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ। ਮਹਿਮਦਵਾਲੀਏ ਜੋਤੇ ਦੀ ਰੇਡ ਪੈਣ ਜਾ ਰਹੀ ਹੈ, ਲਓ ਸਾਹਮਣੇ ਇਸ ਵੇਲੇ ਕਹਿੰਦੇ ਜੋਤੇ ਨੇ ਕਬੱਡੀ ਪਾ ਦਿੱਤੀ ਹੈ ਕਿ ਜਲਾਲਪੁਰੀਆ ਪਾਲਾ ਮਲਿਆਂ ਦਾ ਝਾਫਾ ਹੈ, ਪੁੱਠੇ ਸਿੱਧੇ ਦਾ ਮਾਰ ਚਾਰ ਦਾ ਕਿਟਾਪਾ ਏ, ਜਲਾ ਚਾਰ ਦਾ ਕਿਟਾਪਾ ਏ ਮੇਰੇ ਵੀਰੋ, ਪਾਲਾ ਦੁਨੀਆ ਜਲਾਲਪੁਰੀਆ ਕਬੱਡੀ ਉਹ ਦੁਬਈ ਆ ਰਹੇ, ਸਵਾਦ ਆਇਆ ਕਿ ਨਹੀਂ, ਐਨ ਦੁਨੀਆ ਖੁਸ਼ ਹੈ, ਦੁਨੀਆ ਖੁਸ਼ ਹੈ ਮੇਰੇ ਵੀਰੋ। ਅਗਲੀ ਰੇਡ ਕਹਿੰਦੇ ਨਿਰਮਲ ਲੋਪੋਕੇ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਮੇਰੇ ਵੀਰੋ ਵੱਧ ਰਿਹਾ। ਲੋਪੋਕੇ ਪਿੰਡ ਹੈ, ਜ਼ਿਲ੍ਹੇ ਅੰਮ੍ਰਿਤਸਰ ਦਾ। ਨਿਰਮਲ ਨੇ ਇਸ ਵੇਲੇ ਕਬੱਡੀ ਪਾ ਦਿੱਤੀ ਹੈ, ਸੁਰਖਪੁਰੀਆ ਯਾਦਾਂ ਕਹਿੰਦੇ ਯਾਦਗਰੀ ਸਿਰੇ ਦੇ ਜੱਫੇ ਲਾਉਣ ਵਾਲਾ, ਆਹ ਭੱਜਦੀ ਤੌਲ ਇਸ ਵੇਲੇ ਨਿਰਮਲ ਲੋਪੋਕੇ ਵਾਲਾ ਤਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ, ਅੰਮ੍ਰਿਤਸਰੀਆ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ। ਟਿੱਬੇ ਵਾਲਾ ਗੋਲੀਆਂ ਵਾਲ ਪਿੰਡ ਹੈ, ਪਰ ਟਿੱਬੇ ਦੇ ਲਈ ਖੇਡਦਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਮੇਰੇ ਵੀਰੋ। ਪਵਿੱਤ ਚੌੜੇ ਮਧਰੇ ਵਾਲੇ ਪਾਲੇ ਦੇ ਹਰ ਜੱਫੇ ਦਾ 200 ਦਰਾਮ ਦੇਣਗੇ, ਬਹੁਤ ਬਹੁਤ ਧੰਨਵਾਦ। ਲਓ ਲੈਫਟ ਢੋਲੀਆ, ਹੁਣ 10 ਕੁ ਮਿੰਟ ਅੱਧਾ ਘੰਟਾ ਮੇਰਾ ਵੀਰ ਰੋਕ ਲੈ, ਪਰ ਜਿਹੜੀ ਆਹ ਟੱਕਰ ਆ ਨਾ ਆਹ ਦੁਨੀਆ ਨੇ ਵੇਖਣੀ ਹੈ, ਆਹ ਮੈਚ ਦਾ ਕੋਈ ਪਾਲਾ ਜਿਹੜਾ ਮੈਚ ਹੋ ਜਾਵੇ। ਲਓ ਕਮਲ ਟਿੱਬੇ ਵਾਲਾ, ਟਿੱਬੇ ਵਾਲੇ ਦੇ ਨਾਲ ਕਬੱਡੀ ਸਵਾਦ ਨਜ਼ਾਰਾ, ਕਮਲ ਦੀ ਦੁਬਈ ਦਾ ਮੇਲਾ ਹੈ ਮੇਰੇ ਵੀਰੋ, ਗੱਲ ਵੱਖਰੀ ਬਣੀ ਪਈ ਹੈ, ਗੱਲ ਵੱਖਰੀ ਬਣੀ ਪਈ ਹੈ, ਗੱਲ ਵੱਖਰੀ ਬਣੀ ਪਈ ਹੈ। ਇਹਨੂੰ ਕਹਿੰਦੇ ਵੀ ਸਿਰਾ ਹੋ ਰਿਹਾ, ਉਹ ਦਰਸ਼ਕ ਵੀਰੋ ਸਵਾਦ ਆ ਰਿਹਾ ਤੇ ਇੱਕ ਲਲਕਾਰਾ ਵੱਡਾ ਸਾਰਾ, ਇਹਨੂੰ ਕਹਿੰਦੇ ਵੀ ਅੱਜ ਮੇਲਾ ਗੂੰਜੂਗਾ ਮੇਰੇ ਵੀਰੋ।
ਭੰਗੜੇ ਵਾਲੇ ਵੀਰਾਂ ਬੰਦ ਕਰ ਦਿਓ ਵੀਰ ਜੀ, ਮੈਚ ਬੜਾ ਤਗੜਾ, ਤੁਸੀਂ ਬੰਦ ਕਰ ਦਿਓ ਜਦੋਂ ਸਮਾਪਤ ਹੋਊਗਾ ਕਰਾਂਗੇ। ਆ ਜਾਓ ਇਧਰਲੇ ਪਾਸੇ। ਇਧਰ ਕਹਿੰਦੇ ਟੋਰਾਂਟੋ ਦੇ ਵਰਲਡ ਕੱਪ ਦਾ ਬੈਸਟ ਰਿੰਕੂ ਖਰੈਟੀ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਹ ਹਰਿਆਣੇ ਵਾਲਾ, ਪਰ ਡੱਗੋ ਵਾਲੇ ਨੇ ਕਹਿੰਦੇ 855 ਜਿੱਤਿਆ ਸੀ ਲੋਹਾਰੇ ਦੇ ਵਿੱਚੋਂ ਮੇਰੇ ਵੀਰੋ। ਲਓ ਰਿੰਕੂ ਖਰੈਟੀ ਇਸ ਵੇਲੇ ਗੁਰਦਾਸਪੁਰ ਲਾਇਨਸ ਦੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਕਿ ਚੱਲ ਕਾਲੇ ਧਨੌਲੇ ਪਿੰਡ ਵਾਲਿਆ ਕਿ ਮੁੱਲੇ ਅੱਜ ਪੈਣਾ ਤਾਰਨਾ, ਮੀਕੇ ਜੋਲੇ ਸਕੀਮਾਂ ਦੱਸੀਆਂ ਕਿੱਥੇ ਕਿੱਥੇ ਟੱਚ ਮਾਰਨਾ, ਕਿੱਥੇ ਕਿੱਥੇ ਟੱਚ ਮਾਰਨਾ। ਲਓ ਕਾਲਾ ਧਨੌਲੇ ਵਾਲਾ ਜਲਾਲਪੁਰੀ ਆ, ਪਾਲਾ ਪਾਲਾ ਪਰ ਉਹ ਡਵਈ ਵਾਲੇ ਸਵਾਦ ਆ ਰਿਹਾ ਮੈਚ ਦਾ ਤੇ ਇੱਕ ਵਾਰੀ ਲੈ ਵੀ ਰੁਪਿੰਦਰ ਕਰ ਗੱਲ ਲੈ ਵੀ ਲਓ ਸਾਹਮਣੇ ਰਾਜੂ ਕੋਟਲਾ ਭੜੀ ਵਾਲਾ ਮੇਰੇ ਵੀਰੋ, ਜਿਹਦਾ ਦਾਦਾ ਕਹਿੰਦੇ ਮਿਲਖਾ ਸਿੰਘ ਦੇ ਨਾਲ ਭਜਦਾ ਰਿਹਾ, ਜਿਹੜਾ ਆਨੰਦਪੁਰ ਸਾਹਿਬ ਤੋਂ 2.5 ਲੱਖ ਜਿੱਤਿਆ, ਦੋਨਾਂ ਨੇ ਕਹਿੰਦੇ ਸਵਰਾਜ ਜਿੱਤੇ ਸੀ ਲੋਹਾਰੇ ਦੇ ਵਿੱਚੋਂ, ਪਰ ਅੱਜ ਗੱਲ ਵੱਖਰੀ ਹੋਊ ਕਿ ਨਹੀਂ। ਪਰ ਰਾਜੂ ਕੋਟਲਾ ਭੜੀ ਵਾਲਾ ਇਸ ਵੇਲੇ ਪਾਠ ਲੈ ਕੇ, ਜੇ ਮੈਚ ਵਧੀਆ ਲੱਗ ਰਿਹਾ ਇੱਕ ਵਾਰੀ ਹੁਣ ਤਾੜੀਆਂ ਮਾਰ ਕੇ ਸਵਾਗਤ ਕਰਾਂਗੇ ਖਿਡਾਰੀਆਂ। ਦੁਨੀਆ ਖੁਸ਼ ਹੈ, ਜੇ ਦੁਨੀਆ ਖੁਸ਼ ਹੈ ਤੇ ਉਹ ਨੀਲੀ ਛੱਤ ਵਾਲਾ ਖੁਸ਼ ਹੈ। ਮੱਖਣ ਮੱਖੀ ਦੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪੈਣ ਜਾ ਰਹੀ ਹੈ। ਲਓ ਮੱਖੀ ਦੀ ਰੇੜ ਪੈ ਰਹੀ ਹੈ ਸੰਧੂ ਪਰਿਵਾਰ ਦਾ, ਇਹ ਹੈ ਕਹਿੰਦੇ ਮੱਖਣ ਮੱਖੀ ਮੇਰੇ ਵੀਰੋ। ਹੁਣ ਵੇਖਦਾ ਵੀ ਇੰਦਰਜੀਤ ਕਲਸੀਆਂ ਵਾਲਾ ਲੁਧਿਆਣੀ ਹੈ, ਵੇਖਦਾ ਵੀ ਇਸ ਕਬੱਡੀ 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 ਇੰਦਰਜੀਤ ਕਲਸੀਆਂ ਵਾਲਾ ਤੇ ਮੱਖਣ ਸੰਧੂ ਦੇ ਦਰਮਿਆਨ ਪਿਆ ਹੋਇਆ ਪੰਗਾ ਸਿਰੇ ਦਾ ਜਫਾ ਇਸ ਵੇਲੇ ਲੱਗਦਾ ਹੋਇਆ ਮੇਰੇ ਵੀਰੋ। ਪਰ ਨੰਬਰ ਰੇਡਰ ਦਾ ਲੈ ਵੀ ਅਮਨਿਆ ਲੁੱਦਰ ਨੂੰ ਤੇ ਰਸ਼ੀਅਨ ਟੈਂਕ ਆਖਿਆ, ਪਰ ਆਹ ਮੁੰਡੇ ਦਾ ਨਾਂ ਵੀ ਰੱਖ ਹੁਣ ਇਹ ਗੱਗੀ ਖੀਰਾ ਵਾਲ ਦਾ ਵਾਹਿਗੁਰੂ ਵਾਲੀਆ ਵਾਹਿਗੁਰੂ ਖੀਰਾ ਵਾਲੀਆ ਗੱਗੀ ਕਹਿੰਦੇ ਮੈਨੂੰ ਲੱਗਦਾ ਵੀ ਗੱਲ ਕਬੱਡੀ ਉਹ ਤੁਸੀਂ ਲਲਕਾਰਾ ਵੱਡਾ ਸਰ ਲੈ ਵੀ ਰੁਪਿੰਦਰ ਮੇਰੇ ਲਓ ਸਾਈਡਰ ਦੇ ਗੂੰਜ ਵੱਧ ਪਾਉਂਦੇ ਆ ਮੇਰੇ ਵੀਰੋ। ਹੁਣ ਮੁਕਾਬਲਾ ਹੋ ਗਿਆ, ਇੱਕ ਮਿੰਟ ਲੈ ਵੀਰੇ ਜਿਹੜੇ ਮੇਰੇ ਵੀਰ ਸਾਈਡ ਤੇ ਹੋ ਜਾਣ, ਜਿਹੜੇ ਬੈਠ ਜਾਣ ਪਲੀਜ਼ ਬੈਠ ਜਾਣ। ਗੁਰਦਾਸਪੁਰ ਲਾਈਨ ਦੀ ਜਿਹੜੇ ਸਪੋਰਟਰ ਨੇ ਉਹਨਾਂ ਨੂੰ ਬੇਨਤੀ ਹੈ ਵੀ ਬੈਠ ਜਾਓ ਪਲੀਜ਼। ਲੈ ਵੀ ਮਿੱਤਰੋ ਹੁਣ ਮੁਕਾਬਲਾ ਤੁਹਾਡਾ ਉਹਨਾਂ ਨਾਲ ਹੋ ਗਿਆ ਤੇ ਲਲਕਾਰੇ ਦੀ ਗੂੰਜ ਪੂਰੇ ਦੁਬਈ ਦੇ ਵਿੱਚ ਸੁਣਨੀ ਚਾਹੀਦੀ ਹੈ। ਉਹ ਸਵਾਦ ਆਇਆ ਲਓ ਜੋਰੇ ਦੀ ਇਸ ਲਈ ਰੇਡ ਪੈ ਰਹੀ ਹੈ। ਕੱਸ ਪਿੰਡ ਵਾਲਾ ਕਹਿੰਦੇ ਜੋਧਾ ਕਬੱਡੀ ਪਾ ਰਿਹਾ ਮੇਰੇ ਵੀਰੋ, ਐਨ ਸੋਹਣਾ ਸਰੀਰ ਹੈ ਪਰ ਵੇਖਦਾ ਵੀ ਇਹਨੂੰ ਜੋਧਾ ਕਹਿੰਦੇ ਆ। ਇਹ ਆ ਉਹ ਦਰਸ਼ਕ ਵੀਰੋ ਆ ਰਿਹਾ ਨੀ ਯਾਰ ਅਗਲੀ ਰੇਡ ਜੋਤੇ ਦੀ ਮਹਿਮਦ ਵਾਲੀ ਜੋਤਾ ਮਹਿਮਦ ਵਾਲ ਦਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ ਮਹਿਮਦ ਵਾਲੀ ਆ ਜੋਤਾ, ਜੋ ਤੀਰ ਨਿਸ਼ਾਨੇ ਉਹ ਖੁੰਝ ਜੇ ਉਹ ਕਾਹਦਾ ਹਥਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰਜੇ ਵਾਰ, ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰਜੇ ਵਾਰ। ਅੱਜ ਕੌਣ ਜਿੱਤਦਾ ਹੈ ਗੱਲ ਸਮੇਂ ਦੀ, ਦੁਬਈ ਦੀ ਧਰਤੀ ਹੈ ਮੇਰੇ ਵੀਰੋ। ਅੱਜ ਸ਼ੇਖਾਂ ਦੇ ਪਿੰਡਾਂ ਦੇ ਵਿੱਚ ਗੱਲਾਂ ਮੱਖਣ ਵਾਲੀ ਜੀ ਜਿਹੜੀਆਂ ਲੱਗੀਆਂ ਹੋਈਆਂ ਨੇ, ਆਓ ਸਾਹਮਣੇ ਗੱਲਾਂ ਚੱਲਦੀਆਂ ਧਰਤੀ ਵਾਲੇ ਸ਼ੇਖਾਂ ਦੀਆਂ ਵੀ ਪੈਸਾ ਬੜਾ ਹੈ ਪਰ ਸਾਹਮਣੇ ਜਾਦਾ ਸੁਰਖਪੁਰੀਆ ਮੁੰਡੇ ਨੇ ਵੀ ਕਮਾਈ ਕੀਤੀ ਹੈ। ਜਾਦਿਆ ਜਾਦਿਆ ਸੁਰਖਪੁਰ ਵਾਲਿਆ ਸੁੱਖਾ ਸੁੱਖ ਦਾ ਸੁਰਖਪੁਰ ਸਾਰਾ, ਐਨ ਸਿਰੇ ਦਾ ਜਫਾ ਯਾਦੇ ਦਾ ਮੇਰੇ ਵੀਰੋ ਵਧੀਆ ਲੱਗਿਆ ਯਾਦੇ ਦਾ ਜਫਾ।
ਲਓ ਦੁਨੀਆ ਖੁਸ਼ ਹੈ, ਆਨੰਦ ਮਾਰ ਰਹੀ ਹੈ। ਟਿੱਬੇ ਵਾਲੇ ਬੰਟੀ ਦੀ ਇਸ ਵੇਲੇ ਕਬੱਡੀ ਪੈ ਰਹੀ ਹੈ, ਟਿੱਬੇ ਦੀ ਧਰਤੀ ਦਾ ਬੰਟੀ ਕਬੱਡੀ ਪਾ ਰਿਹਾ ਕਿ ਜੋ ਤੀਰ ਨਿਸ਼ਾਨੇ ਉਹ ਖੁੰਝ ਜੇ ਉਹ ਕਾਹਦਾ ਹਥਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰਜੇ ਵਾਰ। ਲਓ ਬੰਟੀ ਟਿੱਬੇ ਵਾਲਾ ਬੱਲੇ ਬੱਲੇ ਕਰਵਾ ਰਿਹਾ ਰਿੰਕੂ ਦੀ ਰੇਡ ਤੇ ਰੁਪਿੰਦਰ। ਇਹ ਆ ਰਿੰਕੂ ਖਰੈਟੀ ਮੇਰੇ ਵੀਰੋ, ਰਿੰਕੂ ਖਰੈਟੀ ਕਬੱਡੀ ਪਾ ਰਿਹਾ। ਇਹ ਕਹਿੰਦੇ ਓਕੇ ਸੀ ਕਬੱਡੀ ਕਲੱਬ ਨੇ ਕੱਪ ਕਰਵਾਇਆ ਤੇ ਉਸ ਕੱਪ ਦਾ ਕਹਿੰਦੇ ਬੈਸਟ ਰੇਡਰ ਮੇਰੇ ਵੀਰੋ ਕਬੱਡੀ ਪਾ ਰਿਹਾ ਤੇ ਬੈਸਟ ਜਾਫੀ ਚੋਲਾ ਸਾਹਿਬ ਦਾ ਅਰਸ਼ ਵੀ ਪੁੱਜਾ ਹੋਇਆ। ਲਓ ਸਾਹਮਣੇ ਵੇਖਦਾ ਇਸ ਵੇਲੇ ਰਿੰਕੂ ਖਰੈਟੀ ਹਰਿਆਣੇ ਦੀ ਧਰਤੀ ਦਾ ਹਰਿਆਣੇ ਦਾ ਸ਼ੋਹਰਾ। ਆਓ ਦੂਜੇ ਪਾਸੇ ਮੁੰਡਾ ਪੰਜਾਬੀ ਪਰ ਪੁਆਇੰਟ ਇਸ ਪੁਆਇੰਟ ਗੁਰਦਾਸਪੁਰ ਲਾਈਨ ਦੀ ਟੀਮ ਦਾ ਹੈ। ਇਹ ਕਾਲਾ ਧਨੌਲੇ ਵਾਲਾ ਮੇਰੇ ਵੀਰੋ ਕਾਲਾ ਕਾਲਗਾਜੀਆਣਾ ਦੁਨੀਆ ਦਾ ਵੱਡਾ ਖਿਡਾਰੀ ਹੋਇਆ, ਇਹ ਉਹਦਾ ਸਿਰਨਾਮੀ ਹੈ ਮੇਰੇ ਵੀਰੋ ਕਾਲਾ। ਇਸ ਵੇਲੇ ਕਬੱਡੀ ਪਾ ਰਿਹਾ ਧਨੌਲੇ ਪਿੰਡ ਵਾਲਾ ਕਾਲਾ ਪਰ ਪਹਿਲਾ ਭੜੀ ਵਾਲਾ ਰਾਜੂ ਅਗਲੀ ਖੇਡ ਪਾਉਣ ਖੇਡ ਦੇ ਵਿੱਚ ਵਾਧਾ ਹੋਇਆ। ਸਮਰਾਲੇ ਦੇ ਇਲਾਕੇ ਦਾ ਕਹਿੰਦੇ ਕੋਟਲਾ ਭੜੀ ਪਿੰਡ ਹੈ ਔਰ ਬੜਾ ਮਸ਼ਹੂਰ ਖਿਡਾਰੀ ਹੈ। ਔਰ ਸਾਹਮਣੇ ਵਾਹਿਗੁਰੂ ਸੀਚੇ ਵਾਲੀ ਆ ਕੋਸ਼ਿਸ਼ ਕਰ ਰਿਹਾ ਪਰ ਪੁਆਇੰਟ ਜਿਹੜਾ ਹੈ ਇਸ ਲਈ ਰਾਜੂ ਕੋਟਲਾ ਭੜੀ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਵੀ ਆਪਣੇ ਦੁਨੀਆ ਗੱਲਾਂ ਕਰਦੇ ਆ ਵੀ ਮੱਖੀ ਦੀ ਜਿਹੜੀ ਖੇਡ ਆ ਉਹ ਬੜੀ ਸਾਫ਼ ਖੇਡ ਹੈ। ਲਓ ਮੱਖਣ ਮੱਖੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਜ਼ਿਲ੍ਹਾ ਤਰਨਤਾਰਨ ਦੇ ਮੱਖੀ ਕਲਾ ਪਿੰਡ ਦਾ ਜੰਪਲ ਪਰ ਹੁਸ਼ਿਆਰਾ ਬਾਪਰ ਦਾ ਹੁਸ਼ਿਆਰਾ ਹੈ। ਬਾਪਰ ਪਿੰਡ ਹੈ ਨੌਜਵਾਨ ਦਾ ਮੋਨਕ ਦੇ ਲਾਗੇ ਲੱਗੂ ਜੱਫਾ ਲੱਗੂ ਜੱਫਾ ਇਹਦੇ ਦਰਸ਼ਕਾਂ ਦੀਆਂ ਤਾੜੀਆਂ ਤੇ ਕਹਿੰਦੇ ਸਵਾਦ ਸਵਾਦ ਬਈ ਆਇਆਂ ਦਾ ਮੁੱਲ ਮੁੜ ਗਿਆ ਤੁਹਾਡਾ ਜੇ ਤੇ ਆਇਆਂ ਦਾ ਮੁੱਲ ਮੁੜ ਗਿਆ ਤਾਂ ਇੱਕ ਵਾਰੀ ਫਿਰ ਜੋਰ ਪਰ ਹਜੇ ਨਹੀਂ ਇੱਦਾਂ ਤੁਹਾਨੂੰ ਵੀ ਨਹੀਂ ਸਵਾਦ ਆਉਂਦਾ ਤੁਹਾਨੂੰ ਵੀ ਸਨੀ ਦਿਓਲ ਦੇ ਜਿਵੇਂ ਆਪਣਾ ਕਹਿੰਦਾ ਹੁੰਦਾ ਕਸੌਨੀ ਪਸੰਦ ਹੈ ਗੋਬਿੰਦੇ ਦੇ ਡਾਇਲੋਗ ਤੁਹਾਨੂੰ ਵੀ ਚੰਗੇ ਨਹੀਂ ਲੱਗਦੇ ਕੋਈ ਵਧੀਆ ਜੱਫਾ ਲੱਗੂ ਉਦੋਂ ਹੀ ਸਟੇਡੀਅਮ ਲਓ ਜੋਧੇ ਦਾ ਜੋਧੇ ਨਾਲ ਮੁਕਾਬਲਾ ਜੋਧੇ ਦਾ ਜੋਧੇ ਨਾਲ ਮੁਕਾਬਲਾ ਹੈ। ਓ ਆ ਰਿਹਾ ਨਜ਼ਾਰਾ ਦਰਸ਼ਕ ਵੀਰੋ ਲਓ ਆ ਦਰਸ਼ਕ ਪੂਰਾ ਆਨੰਦ ਮਾਰ ਰਿਹਾ ਮੇਰੇ ਵੀਰ ਆ ਮੁੰਡਾ ਵੀ ਹਰਿਆਣੇ ਦਾ ਪਰ ਅਮਨ ਬੇਨਤੀ ਹੈ ਬਾਹਰ ਤੇ ਮੇਰੇ ਵੀਰ ਖੜੇ ਉਹ ਪਲੀਜ਼ ਬੈਠ ਜਾਣਾ ਆਪਾਂ ਇੱਕ ਵਾਰੀ ਲੈ ਚੰਗਾ ਹੁੰਦਾ ਜੋ ਕਿਉਂਕਿ ਰੱਬ ਵਰਗੀ ਸੰਗਤ ਜਿਹੜੀ ਉਹ ਕਬੱਡੀ ਵੇਖਣ ਆਏ ਹੈ ਕੰਮਾਂ ਧੰਦਿਆਂ ਨੂੰ ਛੱਡ ਕੇ ਆਏ ਹੈ ਸੋ ਉਹਨਾਂ ਨੂੰ ਸਵਾਦ ਲੈਣ ਦਈਏ ਕਬੱਡੀ ਦਾ ਪਲੀਜ਼ ਜਿਹੜੇ ਮੇਰੇ ਵੀਰ ਖੜੇ ਹੈ ਉਹ ਬੈਠ ਜਾਣ ਉਹ ਬੈਠ ਜਾਣ। ਲਓ ਰਵੀ ਦਿਓੜੇ ਵਾਲਾ ਰਾਜੂ ਤੇ ਜਦੋਂ ਮਨਜੋਤ ਕਬੱਡੀਆਂ ਪਾਉਂਦੇ ਆ ਨਾ ਤੇ ਦੁਨੀਆਂ ਦੇ ਵਿੱਚ ਗੱਲਾਂ ਚੱਲਦੀਆਂ ਵੀ ਆਹ ਰੇਡਰ ਕਦੇ ਥੱਕਦੇ ਨਹੀਂ ਮੇਰੇ ਵੀਰੋ। ਲਓ ਗੱਲ ਸਮਝਦੀ ਹੈ ਇੱਕ ਪਾਸੇ ਸੁਰਖਪੁਰੀਆ ਯੋਧਾ ਦੂਜੇ ਪਾਸੇ ਕਹਿੰਦੇ ਲਓ ਲਓ ਰਾਜੂ ਹੁਣ ਸਵਾਦ ਆਉਣ ਬੱਲੇ 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 ਆਓ ਬਾਹੋਏ ਕੋਟਲਾ ਭੜੀ ਵਾਲਿਆ ਬਾਹੋਏ ਕੋਟਲਾ ਭੜੀ ਵਾਲਿਆ ਸਵਾਦ ਕਰ ਦਿੱਤਾ ਨੌਜਵਾਨ ਵਾਈਟ ਰੇਡਰ ਦਾ ਜੋਤਾ ਮਹਿਮਦ ਵਾਲੀ ਆ ਕਬੱਡੀ ਪਾ ਰਿਹਾ ਜੋਤਾ ਕਿ ਚਿੱਪ ਕੱਢ ਕੇ ਕੱਟ ਕਿੱਲ ਕੱਢ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਝੜ ਗਈ ਸਰੀਰਾਂ ਵਾਲੀ ਕੰਨ ਮਿੱਤਰੋ ਝੜ ਗਈ ਸਰੀਰਾਂ ਵਾਲੀ ਕੰਨ ਮਿੱਤਰੋ ਲਓ ਫਰਿਆਦ ਪਰ ਜੋਤਾ ਬੱਲੇ ਬੱਲੇ ਕਰਵਾ ਰਿਹਾ ਜੋਤਾ ਬੱਲੇ ਬੱਲੇ ਕਰਵਾ ਰਿਹਾ ਖੀਰਾਂ ਵਾਲੀਆਂ ਗੱਗੀ ਤਿੰਨ ਟਰੈਕਟਰਾਂ ਦਾ ਜੇਤੂ ਆ ਗਿਆ
ਉਧਰ ਯਾਦੇ ਨੇ ਵੀ ਟਰੈਕਟਰ ਜਿੱਤੇ ਆ, ਗੱਡੀਆਂ ਜਿੱਤੀਆਂ, ਇਸ ਲਈ ਨੰਬਰ ਗੱਗੀ ਦਾ, ਨੰਬਰ ਖੀਰਾਂ ਵਾਲੀ ਹੈ ਗੱਗੀ ਦਾ। ਯਾਦਿਆ ਇੰਨੀ ਛੇਤੀ ਪੁੱਛ ਨਹੀਂ ਵੱਜਣੀ, ਮੂਹਰੇ ਦੀ ਗੱਗੀ ਹੈ, ਇਹ ਤੇ ਪਤੰਦਰ ਹਿੱਲਣਾ ਹੀ ਨਹੀਂ। ਤੂੰ ਪੁੱਛ ਮਾਰ ਦੀ ਗੱਲ ਕਰਦਾ, ਬੰਟੀ ਆ ਗਿਆ ਵੀਰ ਜੀ, ਬੈਠ ਜਾਓ। ਅਮਿਤ ਬੇਨਤੀ ਕਰਦੀ ਆਪਣੇ ਵੀਰਾਂ ਨੂੰ ਵੀ ਬੈਠ ਜਾਓ, ਆਪਾਂ ਬਾਰ ਬਾਰ ਬੋਲਦੇ ਚੰਗੇ ਨਹੀਂ ਲੱਗਦੇ, ਦੁਨੀਆ ਲਾਈਵ ਜੁੜੀ ਹੋਈ ਹੈ। ਟਿੱਬੇ ਵਾਲੇ ਬੰਟੀ ਦੀ ਰੇਡ, ਜਲਾਲਪੁਰੀਆ ਪਾਲਾ ਸੋਹਣ ਸਿੰਘ ਦਾ ਪੁੱਤਰ, ਸਵਾਦ ਕਬੱਡੀ 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 ਕਬੱਡੀ, ਓ ਬਾਈ ਨਜ਼ਾਰਾ ਤੇ ਲਲਕਾਰਾ ਵੱਡਾ ਸਾਰਾ। ਲੈ ਵੀ ਜਲਾਲ ਵਾਲੇ ਇੱਧਰਲੇ ਦਰਸ਼ਕ ਲਲਕਾਰਾ ਪੱਟਾ ਮਾਰਦੇ ਵੀ ਬਾਈ, ਹੁਣ ਇਹ ਨਾ ਹੋਵੇ ਬੇਨਤੀ ਨਾ ਕਰਵਾ ਦਿਓ, ਉਹ ਸਵਾਦ ਆਇਆ ਦੁਬਈ ਵਾਲੋ। ਲੈ ਵੀ ਬਾਈ ਹੁਣ ਮੈਂ ਜਵਾਬ ਦੇਣਾ ਉੱਧਰ ਲਿਆਉਂਦਾ, ਹੁਣ ਨਜ਼ਾਰਾ ਇੱਧਰ ਕਹਿੰਦੇ ਐਨ ਆਨੰਦ ਇੱਕ ਇੱਕ ਕਬੱਡੀ ਦਾ। ਮੈਂ ਬੇਨਤੀ ਕਰਦਾ ਇੱਥੋਂ ਦੀ ਮੈਨੇਜਮੈਂਟ ਨੂੰ, ਗਗਨਪ੍ਰੀਤ ਸਿੰਘ ਜੀ ਜਿੱਥੇ ਵੀ ਆਵਾਜ਼ ਨੂੰ ਸੁਣਦੇ ਹੁਣ ਮੇਰੇ ਨਾਲ ਆ ਕੇ ਸੰਪਰਕ ਕਰ ਲੈਣ, ਗਗਨਪ੍ਰੀਤ ਸਿੰਘ ਜੀ ਮੇਰੇ ਵੀ ਵੀਰ ਜੀ ਤੁਹਾਡਾ ਹੀ ਹੱਲ ਕਰ, ਤੁਹਾਡਾ ਹੀ ਬਾਈ ਜੀ ਕਰ ਰਹੇ, ਇੱਕੋ ਮਿੰਟ ਹੀ ਦੇ ਦਿਓ, ਬਸ ਇੱਕੋ ਮਿੰਟ ਹੀ, ਜੇ ਤੁਸੀਂ ਖੁਸ਼ ਹੋਏ ਤੇ ਹਰਪਿੰਦਰ ਵੱਡੀ ਕਰਾਉਣ, ਆਰਪੋਰਟ ਟਰਾਂਸਪੋਰਟ ਵਾਲੇ ਜੋਧੇ ਘਾਸ ਵਾਲੇ ਲਈ 100 ਗ੍ਰਾਮ ਪੁੱਜਦਾ ਕਰਦੇ ਆ, ਬਹੁਤ ਬਹੁਤ ਧੰਨਵਾਦ ਕਰਦੇ ਆ। ਮੇਰੀ ਬੇਨਤੀ ਆ ਪ੍ਰਬੰਧਕਾਂ ਨੂੰ, ਜਿਹੜੇ ਮੇਰੇ ਭਰਾ ਖੜੇ ਆ ਉਹਨਾਂ ਨੂੰ, ਆਪ ਨੂੰ ਚਾਹੀਦਾ ਵੀ ਆਪਾਂ ਬੈਠ ਜਾਈਏ ਪਲੀਜ਼, ਜਿਹੜੇ ਇੱਧਰ ਗੁਰਦਾਸਪੁਰ ਲਾਈਨ ਸਾਈਡ ਖੜੇ ਆ ਵੀਰ ਬੈਠ ਜਾਣ, ਬੜੀ ਮਿਹਰਬਾਨੀ ਹੋਵੇਗੀ। ਨਿਰਮਲ ਲੋਪੋਕੇ ਵਾਲਾ ਇਸ ਪੁਆਇੰਟ ਜੀ, ਚੌੜੇ ਮਦਰੇ ਵਾਲੇ 200 ਦਾ ਦਰਾਮ ਦੇਣਗੇ ਪਾਲੇ ਦੇ ਹਰ ਇੱਕ ਜੱਫੇ ਦਾ। ਲਓ ਕਾਲਾ ਧਨੌਲੇ ਪਿੰਡ ਵਾਲਾ ਮੇਰੇ ਵੀਰੋ, ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਸੁਖਵਿੰਦਰ ਸਿੰਘ ਪੌਰ ਕਹਿੰਦੇ ਵੀ 1000 ਦਰਾਮ ਕਰ ਦੋ ਜਲਾਲਪੁਰੀਏ ਪਾਲੇ ਦਾ ਇੱਕ ਵਾਰੀ। ਲਓ 1000 ਦਰਾਮ ਲੱਗ ਗਿਆ ਮੇਰੇ ਵੀਰੋ, ਪਰ ਸਾਹਮਣੇ ਇਸ ਵੇਲੇ ਕਾਲਾ ਕੁਲਵੀਰ ਭੀਰਾ ਜੀ ਕੀ ਇਸ਼ਾਰਾ ਕਰਦੇ ਵੀ ਪੁਆਇੰਟ ਪੁਆਇੰਟ, ਕਹਿੰਦੇ ਕਲਸੀਆਂ ਵਾਲੇ ਮੁੰਡੇ ਇੰਦਰਜੀਤ ਦਾ ਹੈ ਮੇਰੇ ਵੀਰੋ। ਲੈ ਵੀ ਅਮਣਿਆ ਵਿੱਚ ਦੁਬਈ ਦੇ ਤਾਂ ਯਾਰੋ ਵੱਡਾ ਇਕੱਠ ਹੋ ਗਿਆ, ਤੇ ਮੇਲਾ ਕਾਰ ਫੇਰ ਵਾਲਿਆਂ ਦਾ ਪੂਰਾ ਅੱਤ ਹੋ ਗਿਆ, ਅੱਤ ਹੋ ਗਿਆ ਮੇਰੇ ਵੀਰੋ, ਐਨ ਸਿਰਾ ਲੱਗਣ ਵਾਲੀ ਗੱਲ ਬਣੀ ਪਈ ਹੈ। ਇਸ ਵੇਲੇ ਰਿੰਕੂ ਖਰੈਟੀ ਦੀ ਰੇਡ ਹੈ, ਆ ਜਾਫੀ ਕਹਿੰਦੇ ਰੇਡਰਾਂ ਦੇ 50-50 ਲੱਕ ਫੜਦਾ, ਇਹਨੂੰ ਜੋਧਾ ਕਹਿੰਦੇ ਮੇਰੇ ਵੀਰੋ, ਇਹਨੂੰ ਜੋਧਾ ਕਹਿੰਦੇ ਆ। ਪਰ ਸਾਹਮਣੇ ਪੁਆਇੰਟ ਰੇਡਰ ਦਾ ਕਹਿੰਦੇ ਆ ਮੇਰੇ ਵੀਰੋ, ਜਿਹੜਾ ਇਸ ਵੇਲੇ ਪੁਆਇੰਟ ਪੁੱਛ ਗਿਆ ਆਪਣੀ ਟੀਮ ਦੇ ਲਈ। ਮੱਖੀ ਆ ਗਿਆ, ਗੱਲਾਂ ਚੱਲੀਆਂ ਵੀ ਮੱਖਣ ਮੱਖੀ, ਤੇ ਦੂਜੇ ਪਾਸੇ ਹੁਸ਼ਿਆਰਾ ਪਾਪਰ ਦੀ ਧਰਤੀ ਦਾ ਦੁਬਈ ਦਾ ਕੱਪ। ਗਗਨਪ੍ਰੀਤ ਜੀ ਆ ਮਾਈਕ ਹੀ ਦੇਪ੍ਰੀਤ ਜੀ, ਗਗਨਪ੍ਰੀਤ ਮੇਰੇ ਵੀਰ ਇੱਧਰ ਆ ਕੇ ਮੈਨੂੰ ਆਹੀ ਮਾਈਕ ਦੇ, ਕਿਉਂਕਿ ਥੋੜ੍ਹੀ ਇਹਦਾ ਇਸ ਵੇਲੇ ਕਹਿੰਦੇ ਰਾਜੂ ਕੋਟਲਾ ਭੜੀ ਵਾਲਾ ਤੇ ਖੀਰਾਂ ਵਾਲੀ ਇਹ ਤਾਰੀ ਦੇ ਦਰਮਿਆਨ ਮੁਕਾਬਲਾ ਹੈ। ਇਸ ਤੋਂ ਬਾਅਦ ਲੋਕਲ ਟੀਮਾਂ ਦਾ ਮੈਚ ਹੋਵੇਗਾ, ਉਹ ਟੀਮਾਂ ਤਿਆਰ ਰਹਿਣ। ਰਾਜੂ ਕੋਟਲਾ ਭੜੀ ਦਾ ਇਸ ਵੇਲੇ ਤਕੜਾ ਨੰਬਰ ਜੋੜਦਾ ਹੋਇਆ। ਅਗਲੀ ਰੇਡ ਕਹਿੰਦੇ ਇਸ ਵੇਲੇ ਹਰਿਆਣੇ ਦਾ ਸਟਾਰ ਮੇਰੇ ਵੀਰੋ, ਖੇਡ ਮੈਦਾਨ ਦੇ ਵਿੱਚ ਰਵੀ ਦਿਓਰਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਰਵੀ ਦਿਓਰੇ ਦੀ ਇਸ ਵੇਲੇ ਕਬੱਡੀ ਪੈ ਰਹੀ ਹੈ, ਇਹ ਮਾਈਕ ਪਲੀਜ਼ ਉੱਧਰ ਦਿਓ ਜਲਾਲਪੁਰੀ ਆ। ਹੋ ਵਾਹ ਗੱਭਰੂ ਆ,
ਇਸ ਲਈ ਨੌਜਵਾਨ ਖਿਡਾਰੀ ਨੇ ਜੋੜ ਦਿੱਤਾ। ਅਗਲੀ ਕਬੱਡੀ ਪਾਉਣ ਦੇ ਲਈ ਗੱਗੀ ਖੀਰਾਂ ਵਾਲੀ ਹੈ। ਇਹਨੇ ਤਿੰਨ ਟਰੈਕਟਰ ਜਿੱਤੇ ਆ ਮੇਰੇ ਵੀਰੋ। ਫਤਿਹ ਸਿੰਘ ਪੱਡੇ ਦਾ ਪੁੱਤਰ ਹੈ। ਲਓ ਯਾਦਾਂ ਪਰ ਗੱਗੀ ਖੀਰਾਂ ਵਾਲੀ ਹੈ। ਐਨ ਸਿਰੇ ਦਾ ਨੰਬਰ ਜੋੜਦਾ ਹੋਇਆ, ਸਿਰੇ ਦਾ ਨੰਬਰ ਜੋੜਦਾ ਹੋਇਆ। ਅਗਲੀ ਰੇਡ ਜੋਤਾ ਮਹਿਮਦ ਵਾਲੀ ਹੈ ਵੀ ਮੇਰੇ ਵੀਰੋ। ਲਓ ਜੋਤਾ ਮਹਿਮਦ ਵਾਲੀ ਹੈ, ਇਸ ਲਈ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਇੱਕ ਕੰਨੀ ਤੇ ਕਮਲ ਹੈ, ਫਰਿਆਦ ਹੈ, ਰਾਇਲ ਕਿੰਗ ਵਾਲਿਆਂ ਦੀ ਚੈਨ ਘੁੰਮ ਰਹੀ ਹੈ। ਪਰ ਵੇਖੋ ਸਾਹਮਣੇ ਜੋਤਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਜਿਹੜੇ ਖੜੇ ਆ ਬਹਿ ਜਾਓ, ਆਨੰਦ ਲੈ ਜਾਓ। ਕਬੱਡੀ ਦਾ ਮੇਲਾ ਡਬਈ ਚੱਲ ਰਿਹਾ ਮੇਰੇ ਵੀਰੋ। ਔਰ ਇੱਕ ਅੱਠ ਵਾਲੇ ਤੇ ਸਾਰੇ ਰਿਕਾਰਡ ਟੁੱਟ ਗਏ ਆ ਮੇਰੇ ਵੀਰੋ। ਲਓ ਲੋਪੋਕੇ ਵਾਲੇ ਨਿਰਮਲ ਦੀ ਰੇਡ, ਸ਼ਰਨਾ ਡੱਗੋ ਰਮਾਣੇ ਦਾ। ਹਲੋ ਪਰ ਪੁਆਇੰਟ ਜਿਹੜਾ ਹੈ, ਬੰਟੀ ਆ ਗਿਆ, ਬੰਟੀ ਕੋਲੀਆਂ ਵਾਲ ਦਾ, ਬੰਟੀ ਜਸਵਿੰਦਰ ਸਿੰਘ ਦਾ ਪੁੱਤ ਕਬੱਡੀ ਆ ਗਿਆ। ਇੰਦਰਜੀਤ ਕਲਸੀਆਂ ਵਾਲਾ ਤਿਆਰ ਹੈ, ਨਾਲ ਕਹਿੰਦੇ ਆਦਮ ਵਾਲ ਦਾ ਸਨੀ ਹੈ, ਨਾਲ ਕਹਿੰਦੇ ਫਰਿਆਦ ਹੈ। ਲਓ ਇੰਦਰਜੀਤ, ਲਓ ਪਾਵੇ ਕਲਸੀਆਂ ਵਾਲਿਆ, ਇਹ ਆ ਕਲਸੀਆਂ ਪਿੰਡ ਵਾਲਾ। ਓ ਦਰਸ਼ਕ ਵੀਰ ਆਇਆ ਨਜ਼ਾਰਾ, ਤੁਹਾਨੂੰ ਮੁੰਡੇ ਦਾ ਜਫਾ ਵਧੀਆ ਲੱਗਿਆ ਨਹੀਂ? ਹੁਣ ਤੁਸੀਂ ਢਿੱਲੇ ਪੈ ਗਏ ਪ੍ਰਭੂ। ਲਓ ਰਿੰਕੂ ਖਰੈਟੀ ਦੀ, ਇਸ ਲਈ ਇੱਧਰ ਗਗਨਪ੍ਰੀਤ ਹੈ, ਬੜੀ ਵੱਡੀ ਮਿਹਨਤ ਕੀਤੀ ਹੈ। ਬਾਸੀ ਸਾਹਿਬ ਦਾ ਵਿਸ਼ੇਸ਼ ਤੌਰ 'ਤੇ ਸਰਦਾਰ ਸੁਰਜਣ ਸਿੰਘ ਜੀ ਚੱਠਾ ਸਾਹਿਬ ਦਾ ਧੰਨਵਾਦ ਹੈ ਮੇਰੇ ਵੀਰੋ, ਜੋ ਆਪਣੀ ਸਾਰੀ ਟੀਮ ਨੂੰ ਲੈ ਕੇ ਆਏ ਹੋਏ ਹੈ। ਆਓ ਸਾਹਮਣੇ ਨਜ਼ਾਰਾ, ਬਾਵੇ ਜੋਧਿਆ ਸੁਰਖਪੁਰ ਵਾਲਿਆ, ਐਨ ਬੱਲੇ ਬੱਲੇ ਕਰਵਾ ਦਿੱਤੀ ਉਹ ਨੌਜਵਾਨ। ਕੈਂਚੀ ਵੱਜ ਗਈ, ਪੀਲਾ ਹੋ ਰਹੀ ਹੈ, ਪਰ ਇਸ਼ਾਰਾ ਹੋ ਗਿਆ ਵੀ ਨੰਬਰ ਪੁਆਇੰਟ ਯੋਧੇ ਸੁਰਖਪੁਰੀਏ ਦਾ ਮੇਰੇ ਵੀਰੇ। ਚੱਲੋ ਕਾਲਿਆ, ਉਹ ਜਿਹੜੇ ਕਾਲੇ ਦੀ ਖੇਡ ਨੂੰ ਪਸੰਦ ਕਰਦੇ ਆ, ਇੱਕ ਵਾਰੀ ਫਿਰ ਤਾੜੀਆਂ ਜ਼ੋਰਦਾਰ ਮਾਰ ਕੇ ਦੱਸੋ ਪਲੀਜ਼। ਗਰਾਊਂਡ ਦੇ ਵਿੱਚ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ, ਪਲੀਜ਼ ਗਰਾਊਂਡ 'ਚ ਨਾ ਆਉਣ। ਮੈਂ ਇਹਨਾਂ ਦੀ ਕੋਈ ਡਿਊਟੀ ਨਹੀਂ, ਇੱਕ ਕੋਚ ਆ ਕੇ ਗੱਲ ਕਰ ਸਕਦਾ, ਪਲੀਜ਼ ਗਰਾਊਂਡ ਬਿਲਕੁਲ ਕਲੀਅਰ ਹੋਵੇ। ਮੈਚ ਵੱਡਾ ਹੋਵੇ ਕਕਰਾਲੀ ਸਾਹਿਬ ਮੱਖਣ ਵਾਲੀ ਜੀ, ਉਦੋਂ ਥੋੜ੍ਹੀ ਪ੍ਰੋਬਲਮ ਆ ਹੀ ਜਾਂਦੀ ਹੈ, ਪਰ ਕੋਈ ਗੱਲ ਨਹੀਂ, ਕਬੱਡੀ ਹੈ। ਲੈ ਵੀ ਰੁਪਿੰਦਰ, ਚੱਠਾ ਸਾਹਿਬ ਨੇ ਰੂਲ ਬਣਾਏ ਹੋਏ ਆ ਵੀ ਜਿਹੜੇ ਤਿੰਨ ਦੋ ਜਿਹੜੇ ਅੰਪਾਇਰ ਇੱਕ ਰੈਫਰੀ ਉਹੀ ਫੈਸਲਾ ਕਰਨਗੇ। ਸੈਮੀਫਾਈਨਲ ਮੈਚਾਂ ਦੇ ਵਿੱਚ ਇੱਕ ਰਿਵਿਊ ਦਿੱਤਾ ਜਾਣਾ, ਅਤੇ ਜੇ ਸਹੀ ਹੁੰਦਾ ਤਾਂ ਇੱਕ ਰਿਵਿਊ ਫਿਰ ਮਿਲੇਗਾ, ਜੋ ਰੂਲ ਰੈਗੂਲੇਸ਼ਨ ਨੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ, ਉਹ ਅੱਜ ਡਬਈ ਦੇ ਕਬੱਡੀ ਕੱਪ 'ਤੇ ਇਹਨੂੰ ਲਾਗੂ ਨੇ। ਔਰ ਸਿਰੇ ਦਾ ਮੈਚ ਹੈ, ਸਿਰੇ ਦੀ ਟੱਕਰ ਹੈ, ਕਾਲਾ ਧਨੌਲੇ ਪਿੰਡ ਵਾਲਾ ਕਹਿੰਦੇ ਇਸ ਵੇਲੇ ਕਬੱਡੀ ਪਾ ਰਿਹਾ ਮੇਰੇ ਵੀਰ। ਵੀ ਅਮਨਿਆ ਇੱਥੇ ਉਹ ਗੱਲ ਹੋ ਗਈ ਕਿ ਕਰਤਾ ਕਹਿਰ ਚੋਪਰਾ ਨੇ ਜੋ ਫੌਜ ਕਿਲਾ ਹਟਾਉਂਦੀ, ਉਹ ਰਾਜੇ ਖੇਲੇ ਦੀ ਗੱਲ ਸਿੱਧੀ ਧੂ ਕਾਲ ਜੇ ਪਾਉਂਦੀ, ਰਾਜੇ ਖੇਲੇ ਦੀ ਗੱਲ ਸਿੱਧੀ ਧੂ ਕਾਲ ਜੇ ਪਾਉਂਦੀ। ਲਓ ਰਾਜੂ ਕੋਟਲਾ ਭੜੀ ਵਾਲਾ ਆਓ ਕਬੱਡੀ ਪਾ ਰਿਹਾ ਮੇਰੇ ਵੀਰਿਓ। ਕਹਿੰਦੇ ਸੰਦਮਾ ਵਾਲੇ ਮੋਹਣੇ ਦਾ ਸਰੀਰ ਰਾਜੂ ਵਰਗਾ ਸੀਗਾ ਮੇਰੇ ਵੀਰਿਓ, ਰਾਜੂ ਜਿੱਦਾਂ ਦਾ ਅੱਜ ਹੈ ਇਸੇ ਤਰ੍ਹਾਂ ਮੇਰੇ ਵੀਰਿਓ ਹੋਣਾ ਸੀਗਾ। ਦੋਨਾਂ ਨੇ ਟ੍ਰੈਕਟਰ ਜਿੱਤਿਆ, ਰਾਜੂ ਜੀਵਨ ਸਿੰਘ ਦਾ ਪੁੱਤਰ ਰਾਜੂ,
ਜਿਹਦਾ ਦਾਦਾ ਮਿਲਖਾ ਸਿੰਘ ਦੇ ਨਾਲ ਭੱਜਦਾ ਰਿਹਾ ਉਹ ਹੈ ਰਾਜੂ ਮੇਰੇ ਵੀਰੇ। ਮੱਖਣ ਮੱਖੀ ਕਬੱਡੀ ਪਾ ਰਿਹਾ, ਸੰਧੂ ਕਬੱਡੀ ਪਾ ਰਿਹਾ, ਜਲਾਲਪੁਰੀ ਹੈ, ਹਯਾਰ ਦਰਾਮ ਹੋਣਾ, ਹੁਣ ਗੱਲ ਵੱਖਰੀ ਹੋਣੀ ਹੈ। ਆਓ ਸਾਹਮਣੇ ਚਾਰ ਪਾਲਾ ਪਾਲਾ ਹੋ ਗਈ, ਉਹ ਆਇਆ ਸਵਾਦ ਮੁੰਡੇ ਦੇ ਜੱਫੇ ਦਾ, ਉਹ ਬਾਈ ਆਇਆ ਨੀ ਯਾਰ। ਲੈ ਵੀ ਜਲਾਲ ਵਾਲੇ ਇੱਧਰ ਦਰਸ਼ਕ ਸਿਰਾ ਕਰਾਉਂਦੇ ਆ, ਲੈ ਵੀ ਨਜ਼ਾਰਾ ਲਿਆਉਂਦੇ ਓ ਵਾਹ ਓ ਯਾਦ ਹੈ ਯਾ ਤੇ ਸੁਰਖਪੁਰੀਏ ਦਾ ਜੱਫਾ ਖੇਡ ਮੈਦਾਨ ਅੰਦਰ। ਹਾਂਜੀ ਲੋਕਲ ਟੀਮਾਂ ਗਰਾਊਂਡ ਵਿੱਚ ਆ ਜਾਣ ਜਲਦੀ ਤੋਂ ਜਲਦੀ। ਮੱਖਣ ਜੀ ਤੋਂ ਬਾਅਦ ਦੋ ਸੈਮੀ ਆਉਣਗੇ, ਫਿਰ ਲੋਕਲ ਤੋਂ ਬਾਅਦ ਦੋ ਸੈਮੀ ਅਤੇ ਫਿਰ ਫਾਈਨਲ। ਲੋਕਲ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ। ਲੋਕਲ ਟੀਮਾਂ ਰਵੀ ਦਿਓੜਾ ਅਤੇ ਕਮਲ ਟਿੱਬਾ, ਪੁਆਇੰਟ ਰੇਡਰ ਦਾ ਪੁਆਇੰਟ ਰਵੀ ਦਿਓੜੇ ਨੇ ਆਪਣੀ ਟੀਮ ਮੇਰੇ ਵੀਰੋ ਜੋੜ ਦਿੱਤਾ ਹੈ। ਲਓ ਗੱਗੀ ਆ ਗਿਆ, ਖੀਰਾਂ ਵਾਲੀ ਹੈ ਮੇਰੇ ਵੀਰੋ, ਗੱਗੀ ਖੀਰਾਂ ਵਾਲੀ ਹੈ ਕਿ ਪੱਟਾਂ ਦੇ ਨਾ ਪੱਟ ਨੇ ਖੇਂਦੇ, ਡੋਲਿਆਂ ਨੂੰ ਜਦੋਂ ਹੱਥ ਨਾ ਪੈਂਦੇ। ਇਹ ਕਿਹੜੇ ਪਿੰਡ ਦਾ ਗੱਭਰੂ, ਲੋਕੀ ਉਂਗਲਾਂ ਕਰ ਕਰ ਪੁੱਛਦੇ ਆ। ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਵਿੱਚ ਮੈਦਾਨੀ ਬੁੱਕਦੇ ਆ। ਲੈ ਵੀ ਅਮਰਾ ਗੱਗੀ ਤੇ ਦੁਬਈ ਵਾਲਿਆਂ ਦਾ ਹਮਰ ਹੀ ਹੈ, ਇਹ ਹਮਰ ਹੈ ਮੇਰੇ ਵੀਰੋ। ਲਓ ਸਾਹਮਣੇ ਜੋਤਾ ਮਹਿਮਦ ਬਾਕੀਆ, ਮਹਿਮਦ ਬਾਕੀਆ ਜੋਤਾ, ਰਿੰਕੂ ਕਰੈਟੀ ਹਰਿਆਣੇ ਦਾ ਜੰਪਲ ਮੇਰੇ ਵੀਰੋ, ਬੈਸਟ ਟਰਾਂਟੋ ਦੇ ਕੱਪ ਦਾ। ਲੈ ਵੀ ਰੁਪਿੰਦਰ, ਇਕੱਠ ਟਰਾਂਟੋ ਦੇ ਕੱਪ ਤੇ ਵੀ ਬਹੁਤ ਹੁੰਦਾ ਹੈ, ਪਰ ਅੱਜ ਮੈਨੂੰ ਇਕੱਠ ਉਸ ਤੋਂ ਵੀ ਵੱਧ ਲੱਗ ਰਿਹਾ ਡਬਈ ਦੇ ਕਬੱਡੀ ਕੱਪ ਤੇ। ਕਬੱਡੀ ਟਰਾਂਟੋ ਦੇ ਵਰਲਡ ਕੱਪ ਤੋਂ ਵੀ ਵੱਧ ਲੱਗ ਰਿਹਾ। ਓ ਯਾਦਿਆ ਸੁਰਖ ਪਰਵਾਲਿਆ ਸਵਾਦ ਤੂੰ ਕਰ ਦਿੱਤਾ ਏ, ਓ ਯਾਦਿਆ ਸੁਰਖ ਪਰਵਾਲਿਆ ਸਵਾਦ ਤੂੰ ਕਰ ਦਿੱਤਾ ਏ। ਇਹ ਸੁੱਖਾ ਸੁੱਖ ਦਾ ਸੁਰਖ ਕਿਦਾਂ ਲੱਗਿਆ ਦਰਸ਼ਕ ਵੀਰੋ? ਦਰਸ਼ਕੋ ਤੁਹਾਨੂੰ ਵਧੀਆ ਲੱਗਿਆ ਤਾਂ ਇੱਕ ਵਾਰੀ ਫਿਰ ਕਾਲਾ ਧਨੌਲੇ ਵਾਲਾ। ਹੁਣ ਕਹਿੰਦੇ ਤਿਲਣ ਸੁੱਟਣ ਜੋਗੀ ਥਾਂ ਨਹੀਂ ਮੇਰੇ ਵੀਰੋ, ਸਟੇਡੀਅਮ ਹੈ ਭਰ ਚੁੱਕਿਆ, ਕਾਲਾ ਧਨੌਲੇ ਵਾਲਾ ਰੇਡ ਪਾ ਰਿਹਾ ਤੇ ਪੁਆਇੰਟ ਟੌਪਰ ਦਾ ਪੁਆਇੰਟ। ਮੇਰੀ ਬੇਨਤੀ ਹੈ ਗੁਰਦਾਸਪੁਰ ਦੀ ਟੀਮ ਦੇ ਜਿਹੜੇ ਸਪੋਰਟਰ ਹੈ ਪਲੀਜ਼, ਗੁਰਦਾਸਪੁਰ ਦੀ ਟੀਮ ਦੇ ਸਪੋਰਟਰ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅੱਗੇ ਪਿਆਰ ਦੇ ਨਾਲ। ਲਾਲੀ ਜੀ, ਲਾਲੀ ਜੀ ਸੁਰਖਪੁਰ ਵਾਲੇ, ਉਹਨਾਂ ਨੂੰ ਬੇਨਤੀ ਹੈ ਪਿਆਰ ਦੇ ਨਾਲ। ਇੱਕ ਪਾਸੇ ਕਹਿੰਦੇ ਕੁਵੇਨ ਕਿੰਗ ਵੱਡੀ ਕੱਪ ਹੈ, ਔਰ ਦੂਸਰੇ ਪਾਸੇ ਗੁਰਦਾਸਪੁਰ ਲਾਇਨ ਦੀ ਟੀਮ ਵੱਲੋਂ ਕੋਟਲਾ ਪੜੀ ਵਾਲਾ ਰਾਜੂ ਸਮਰਾਲੇ ਦੇ ਏਰੀਏ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਆਓ ਖੀਰਾਂ ਵਾਲੀਆਂ ਤਾਰੀ ਤਾਰੀ ਖੀਰਾਂ ਵਾਲ ਦਾ ਮਾਰੂ ਕੈਂਚੀ, ਗੱਲ ਸਮੇਂ ਦੀ ਬੱਲੇ 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 ਭਾਵੇਂ ਤਾਰੀ ਖੀਰਾਂ ਵਾਲੀ ਹੈ, ਭਾਵੇਂ ਤਾਰੀ ਆ ਗਿਆ ਸਿਰਾ ਕਰ ਦਿੱਤਾ ਮੁੰਡੇ ਨੇ ਮੇਰੇ ਵੀਰੋ, ਐਨ ਸਿਰਾ ਕਰ ਦਿੱਤਾ ਗੱਭਰੂ ਨੇ। ਇਹ ਮੇਲਾ ਕਹਿੰਦੇ ਕਾਰ ਫੇਰ ਕੱਪ ਹੈ ਮੇਰੇ ਵੀਰੋ, ਇਹ ਕੱਪ ਕਹਿੰਦੇ ਕਰਵਾਉਣੇ ਸੌਖੇ ਨਹੀਂ,
ਦਰਾਮ ਲੱਗਦੇ ਆ, ਲੱਖਾਂ ਦੇ ਦਰਾਮ ਲੱਗਦੇ ਆ ਬਲਦੇਵ ਪੰਨੀ, ਤੇ ਫਿਰ ਜਾ ਕੇ ਬਣਦੀ ਹੈ। ਉਹ ਸਾਹਮਣੇ ਵੇਖਦਾ ਵੀ ਇਸ ਵੇਲੇ ਮੱਖਣ ਮੱਖੀ ਕਬੱਡੀ ਪਾ ਰਿਹਾ, ਮੱਖਣ ਮੱਖੀ ਕਬੱਡੀ ਪਾ ਰਿਹਾ ਕਲਸੀਆਂ ਦਾ ਇੰਦਰਜੀਤ। ਔਰ ਦੂਸਰੇ ਪਾਸੇ ਇਸ ਵੇਲੇ ਕਲਸੀਆਂ ਵਾਲਾ ਤੇ ਸਿਰਾ ਹੀ ਲਾਈ ਜਾਂਦਾ, ਕਲਸੀਆਂ ਵਾਲਾ ਤੇ ਕਹਿੰਦੇ ਸਿਰਾ ਹੀ ਲਾਈ ਜਾਂਦਾ, ਸਿਰੇ ਲਾਈ ਜਾਂਦਾ। ਲਓ ਓ ਇੰਦਰਜੀਤ ਦਾ ਜਫਾ ਕਿਵੇਂ ਲੱਗਿਆ ਦਰਸ਼ਕ ਵੀਰੋ, ਐਨ ਦੁਨੀਆ ਖੁਸ਼ ਹੈ ਮੇਰੇ ਵੀਰੋ। ਕੁਲਵਿੰਦਰ ਸਿੰਘ ਜੀ ਬਾਸੀ ਸਾਹਿਬ, ਕੁਲਵਿੰਦਰ ਸਿੰਘ ਜੀ ਬਾਸੀ ਸਾਹਿਬ ਮੁਬਾਰਕਬਾਦ ਹੈ, ਇਹ ਮੁਬਾਰਕਬਾਦ ਹੈ ਸਾਰੇ ਵੀਰਾਂ ਨੂੰ, ਸਾਰੀ ਕਮਿਊਨਿਟੀ ਨੂੰ ਮੁਬਾਰਕਬਾਦ ਹੈ ਵੀ ਮੇਲਾ ਜਿਹੜਾ ਹੈ ਐਨ ਧੰਨ ਧੰਨ ਹੋ ਗਈ ਹੈ, ਦੁਬਈ ਦੇ ਮੇਲੇ ਦੀ ਧੰਨ ਧੰਨ ਹੋ ਗਈ ਹੈ। ਪੂਰੀ ਦੁਨੀਆ ਦੀ ਨਿਗਾਹ ਕਹਿੰਦੇ ਕਬੱਡੀ ਨੂੰ ਚਾਹੁਣ ਵਾਲਿਆਂ ਦੀ, ਆਹ ਮੈਚ ਤੇ ਮੇਰੇ ਵੀਰੋ ਲੱਗੀ ਹੋਈ ਹੈ, ਆਹ ਮੈਚ ਤੇ ਲੱਗੀ ਹੋਈ ਹੈ ਹਾਫ ਟਾਈਮ ਇਹ ਚੱਲਦੇ ਹੋਏ ਮੈਚ ਦਾ। ਦੋਸਤੋ ਇਸ ਮੈਚ ਦਾ ਹਾਫ ਸਮਾਂ ਹੋ ਗਿਆ, ਹਾਫ ਸਮੇਂ ਦੇ ਵਿੱਚ ਗੁਰਦਾਸਪੁਰ ਦੇ 22 ਪੁਆਇੰਟ ਨੇ ਔਰ ਕੁਬੇਰ ਕਿੰਗ ਦੇ 24.5 ਪੁਆਇੰਟ ਨੇ। ਦੇਖਾਂਗੇ ਕਿ ਇਸ ਮੈਚ ਨੂੰ ਕਿਹੜੀ ਟੀਮ ਜਿਹੜੀ ਵਿਨ ਕਰਦੀ ਹੈ। ਤੁਸੀਂ ਥੰਬਸ ਅਪ ਦਾ ਬਟਨ ਕਲਿੱਕ ਕਰੋ, ਡਿਸਕ੍ਰਿਪਸ਼ਨ 'ਚ ਦਿੱਤੇ ਹੋਏ ਲਿੰਕਾਂ 'ਤੇ ਵੀ ਕਲਿੱਕ ਕਰ ਲਿਆ ਕਰੋ ਔਰ ਇੰਜੋਏ ਕਰੋ ਇਸ ਮੈਚ ਨੂੰ। ਪਹਿਲੇ ਹਾਫ ਦੀ ਕਮੈਂਟਰੀ ਦੇ ਵਾਸਤੇ ਹਰਦੀਪ ਰੰਧਾਵਾ ਅਤੇ ਗੋਪੀ ਰੰਗੀਲਾ ਜੀ, ਸੈਕਿੰਡ ਹਾਫ ਦੇ ਵਾਸਤੇ ਨਿਮਾ ਸੇਖਾ ਜੀ ਉਹ ਤਿਆਰ ਰਹਿਣਗੇ। ਸੋ ਸੈਕਿੰਡ ਹਾਫ ਇਸ ਮੈਚ ਦਾ ਸ਼ੁਰੂ ਹੋ ਚੁੱਕਾ। ਮੈਂ ਆਪਣੇ ਵੱਲੋਂ ਸੈਦੋਵਾਲੀ ਅਵਤਾਰ ਸਿੰਘ ਤਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ, ਸੈਦੋਵਾਲੀ ਅਵਤਾਰ ਸਿੰਘ ਦਾ। ਲਾਓ ਜਿਹੜੀ ਖੇਡ ਮੈਦਾਨ ਦੇ ਰੁਪਿੰਦਰ ਅਤੇ ਅਮਨ ਜੀ, ਲਾਓ ਪਾਸੇ ਹੰਮਰ ਆ ਗਿਆ, ਹੰਮਰ ਮੇਰੇ ਵੀਰੋ ਹੰਮਰ, ਲੈ ਵੀ ਚੁੱਪ ਵਾਲਿਆ ਚਲਾਣ ਕੱਟਣੇ ਆ ਬਾਬੇ ਦੀ ਮਿਹਰ ਨਾਲ। ਅਰਦਾਸ ਬੇਨਤੀ ਆ ਸੱਚੇ ਪਾਤਸ਼ਾਹ ਜਲਦੀ ਮੇਰੇ ਵੀਰੋ ਅਰਸ਼ ਵੀ ਇਹਨਾਂ ਖੇਡ ਮੈਦਾਨਾਂ ਦੇ ਆਵੇ। ਕਬੱਡੀ ਦੇ ਵਿੱਚ ਗੋਰੇ ਗੋਲੇ ਵਾਲੀਏ ਤੋਂ ਬਾਅਦ ਟੀ ਟੀ ਓ ਦਾ ਖਿਤਾਬ ਜਿਹੜਾ ਹੈ ਉਹ ਅਰਸ਼ ਚੋਲੇ ਨੂੰ ਮਿਲਿਆ। ਲਓ ਸਾਹਮਣੇ ਕਬੱਡੀ ਮੇਰੇ ਵੀਰੋ, ਜਲਾਲਪੁਰੀਆ ਜਲਾਲਪੁਰੀਆ ਪਾਲਾ ਪਾਲਾ, ਦੁਨੀਆ ਦਾ ਸਿਰੇ ਦਾ ਟੋਪਰ ਜਾਫੀ ਜਲਾਲਪੁਰੀਆ ਪਾਲਾ ਤੇ ਮਲਿਆਂ ਦਾ ਝਾਫਾ ਹੈ, ਪੁੱਠੇ ਸਿੱਧੇ ਦਾ ਮਾਰ ਚਾਰ ਪੁਆਇੰਟ ਕੁਬੇਨ ਕਬੱਡੀ ਕਲੱਬ। ਟੱਕਰ ਕਿੱਦਾਂ ਲੱਗੀ ਦਰਸ਼ਕ ਵੀਰੋ ਦੱਸੋਗੇ, ਐਨ ਸਿਰਾ ਹੋਇਆ ਪਿਆ ਚੱਠਾ ਸਾਹਿਬ। ਅੱਜ ਦੁਬਈ ਦੇ ਲੋਕ ਖੁਸ਼ ਹੈ, ਆਨੰਦ ਮਾਰ ਰਹੇ, ਭੰਗੜੇ ਪਾ ਰਹੇ ਆ, ਅੱਜ ਬੱਲੇ ਬੱਲੇ ਹੋਈ ਪਈ ਹੈ, ਹੁੰਦੇ ਆ ਵੀ ਢਿੱਡੋਂ ਖੁਸ਼ ਹੈ ਸੰਗਤ ਜਿਹੜੀ। ਅੱਜ ਸਵਾਦ ਆ ਗਿਆ ਦਰਸ਼ਕਾਂ ਨੂੰ, ਆਇਆਂ ਦਾ ਮੁੱਲ ਮੁੜ ਗਿਆ। ਨਿਰਮਲ ਲੋਪੋਕੇ ਵਾਲਾ ਮਹਿਤੇ ਵਾਲੇ ਸਾਡੇ ਵੀਰ ਜੱਸੀ ਹੋਣੀ ਕਹਿੰਦੇ ਜਿੰਨੇ ਪੁਆਇੰਟ ਲੋਕ ਨੇ ਦੋਸਤ ਰਾਮ ਪਾਲੇ ਜੱਫਾ 1000 ਦਾ, ਰੁਪਿੰਦਰ ਜਿੰਨੇ ਵੀ ਜਾਫੀ ਜਪਣਗੇ ਗੁਰਦਾਸਪੁਰ ਕਹਿੰਦੇ 200 ਰਾਮ ਦੇ। ਲਓ ਸਾਹਮਣੇ ਕਬੱਡੀ ਤੇ ਮਹਿਮਦ ਵਾਲੀਏ ਦੀ ਮਹਿਮਦ ਵਾਲੀਆ ਜੋਤਾ ਪੁਆਇੰਟ ਪੁਆਇੰਟ, ਜਿਹੜੇ ਵੀਰ ਅੰਦਰ ਖੜੇ ਇਹਨਾਂ ਨੂੰ ਬਿਠਾ ਦੇ ਬਿੱਟੂ ਜੀ, ਖੜੇ ਆ ਬੈਠ ਜਾਣ ਬਿੱਟੂ ਜੀ, ਮੇਰੀ ਬੇਨਤੀ ਆ ਜਿਹੜੇ ਮੇਰੇ ਖੱਤਰਲੀ ਸਾਈਡ ਬਿਠਾ ਦਿਓ, ਖੱਤਰਲੀ ਸਾਈਡ। ਮੈਂ ਤਾਂ ਕਹਿੰਦੇ ਦੁਬਈ ਵਾਲਾ ਗੂੰਜਦਾ, ਗੂੰਜ ਪਈ ਜਾਂਦੀ ਆ ਮੇਰੇ ਵੀਰੇ। ਆਓ ਸਾਹਮਣੇ, ਹਾਂਜੀ ਮੇਰੀ ਗੋਪਾਲ ਸਿੰਘ ਜੀ ਸਾਡੇ ਕੋਚ ਸਾਹਿਬ, ਉਹਨਾਂ ਨੂੰ ਬੇਨਤੀ ਹੈ ਵੀ ਆਹ ਰੇਟ ਤੋਂ ਜਦੋਂ ਪੈਂਦੀ ਹੈ ਤੇ ਮੈਚ ਸਮਾਪਤ, ਥੋੜਾ ਟਾਈਮ ਲਈ ਰੋਕਣਾ। ਪ੍ਰੋਫੈਸਰ ਸਾਹਿਬ ਮੈਚ ਰੋਕ ਜੀ, ਮੈਚ ਰੋਕ, ਟਾਈਮ ਆਊਟ ਲੈਣਾ ਪਲੀਜ਼ ਬੰਟੀ, ਰੇਟ ਦੀ ਪਾਣੀ ਪਲੀਜ਼, ਟਾਈਮ ਆਊਟ, ਟਾਈਮ ਆਊਟ ਹੈ ਬੰਟੀ, ਬੰਟੀ ਬੰਟੀ ਪਲੀਜ਼। ਉਹ ਆਵਾਜ਼ ਨਹੀਂ ਸੁਣਦੀ ਆ ਜਿਹੜੇ ਖੜੇ ਆ, ਜਦੋਂ ਬੈਠਣਗੇ ਤਾਂ ਮੈਂ ਸ਼ੁਰੂ ਹੋਣਾ ਨਹੀਂ ਨਹੀਂ ਹੋਣਾ। ਜਿਹੜੇ ਖੜੇ ਆ ਬੈਠਣਗੇ ਤਾਂ ਮੈਂ
ਗਿਲਾਨੀ ਸਾਹਿਬ ਅਵਾਮ ਤਾਂ ਕਹਿੰਦੇ ਪਾਕਿਸਤਾਨ ਦੇ ਵਿੱਚ ਵੀ ਬਹੁਤ ਆਉਂਦੀ ਹੈ ਅਤੇ ਅੱਜ ਵੀ ਸੰਗਤ ਹੈ ਜਿਹੜੀ ਬੱਦਰ 'ਤੇ ਪੁੱਜੀ ਹੋਈ ਹੈ। ਬਹਿ ਜਾਓ ਕੁਝ ਲੈ ਜਾਓ, ਕਿਉਂ ਇਹਨਾਂ ਦਾ ਦਿਲ ਦੁਖੀ ਕਰਦੇ ਹੋ, ਇਹ ਕਬੱਡੀ ਨੂੰ ਚਾਹੁਣ ਵਾਲੇ ਹੈ। ਬਹਿ ਜਾਓ ਸਾਰੇ ਬਹਿ ਜਾਓ। ਸੋ ਜਿਹੜੀ ਬੰਟੀ ਪਾ ਰੇਡ ਬੰਟੀ ਉਹ ਖੁਸ਼ ਹੋਣ ਬਹਿ ਗਏ ਸਾਰੇ, ਮੈਂ ਰੇਡ ਸ਼ੁਰੂ ਕਰੋ ਜੀ। ਲਓ ਸਾਹਮਣੇ ਇਸ ਵੇਲੇ ਕਹਿੰਦੇ ਕਾਲਾ ਮੇਰੇ ਵੀਰੋ ਧਨੌਲੇ ਵਾਲਾ ਕਾਲਾ ਆ ਗਿਆ, ਕਾਲਾ ਧਨੌਲੇ ਪਿੰਡ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ। ਕਾਲੇ ਦੀ ਖੇਡ ਨੂੰ ਪਿਆਰ ਕਰਦਾ, ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਰਹੇ ਦਰਸ਼ਕ ਵੀ, ਸਾਰਾ ਜੱਗ ਹੀ ਸਲਾਉਂਦਾ ਕਾਲੇ ਦੀ ਖੇਡ ਨੂੰ। ਲਓ ਸਾਹਮਣੇ ਫਰਿਆਦ, ਇਹਨੂੰ ਜਸਮਾਨੀ ਚੁੰਬਕ ਕਹਿੰਦੇ ਆ ਮੇਰੇ ਵੀਰੋ। ਮੈਂ ਵੀ ਲਾ ਲਈ, ਰਾਜੂ ਆ ਗਿਆ ਕੋਟਲਾ ਭੜੀ ਵਾਲਾ। ਲਓ ਕਬੱਡੀ ਪੈਣ ਜਾ ਰਹੀ ਹੈ, ਕੋਟਲਾ ਭੜੀ ਵਾਲਾ ਰਾਜੂ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ। ਦੂਸਰੇ ਪਾਸੇ ਮੁਕਾਬਲਾ, ਪੁਆਇੰਟ 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 ਸਟੋਪਰ ਦਾ ਪੁਆਇੰਟ ਵਾਲੀ 2008 ਦੇ ਵਿੱਚ ਆਏ ਸੀਗੇ, ਵੱਡੀਆਂ ਰੌਣਕਾਂ ਲੱਗੀਆਂ ਸਨ, ਔਰ ਅੱਜ ਫਿਰ 2018 ਦੇ ਵਿੱਚ ਆਏ ਹੈ, ਔਰ 2008 ਦੇ ਵਿੱਚ ਸਾਡੇ ਤਰਲੋਚਨ ਸਿੰਘ ਜੀ ਗਿੱਲ ਉਹਨਾਂ ਨੇ ਉਹਨਾਂ ਦੀ ਬਦੌਲਤ ਇੱਥੇ ਪੁੱਜਿਆ ਸੀ। ਸਦਾ ਰਿਣੀ ਰਹਾਂਗਾ, ਬਹੁਤ ਬਹੁਤ ਧੰਨਵਾਦ ਸੁਧਾਰ ਪਿੰਡ ਵਾਲਿਆਂ ਦਾ। ਲਓ ਸਾਹਮਣੇ ਟਿੱਬੇ ਵਾਲਾ ਆ ਗਿਆ, ਬੰਟੀ ਆ ਗਿਆ ਟਿੱਬੇ ਵਾਲਾ, ਦੂਜੇ ਪਾਸੇ ਸ਼ਮੀਰ ਖਾਨ, ਸ਼ਮੀਰਾ ਆਖੀਏ ਕਿ ਸਨੀ ਆਦਮ ਵਾਲੀ ਆਖੀਏ ਵੀ ਪੂਰਾ। ਟਿੱਬੇ ਵਾਲੇ ਬੰਟੀ ਨੇ ਨੰਬਰ ਜੋੜ ਦਿੱਤਾ, ਗੁਰਦਾਸਪੁਰ ਦੀ ਟੀਮ ਦੇ ਜਾਫੀ ਜਿੰਨੇ ਵੀ ਜੱਫੇ ਲਾਉਣਗੇ ਹਰ ਇੱਕ ਜੱਫਾ 200 ਦਰਾਮ ਦਾ। ਸਲਵਿੰਦਰ ਸਿੰਘ ਜੀ ਹੋਣਾ ਵੱਲੋਂ ਇਹ ਐਲਾਨ ਹੋਇਆ ਵੀ ਹਰ ਇੱਕ ਜੱਫਾ ਜਿਹੜਾ ਉਹ 200 ਦਿਨਾਰ ਦਿੱਤਾ ਜਾਵੇਗਾ। ਹੰਮਰ ਆ ਗਿਆ, ਸਾਰਾ ਟੱਬਰ ਹੀ ਪੈ ਗਿਆ ਮੇਰੇ ਵੀਰੋ, ਇਹ ਹੰਮਰ ਹੈ ਕਬੱਡੀ ਦਾ ਹੰਮਰ। ਬਾਹ ਨੌਜਵਾਨ ਖੀਰਾ ਗੱਗੀ ਖੀਰਾ ਵਾਲਦਾ ਰਵੀ ਦਿਉੜਾ ਕਹਿੰਦੇ ਜਦੋਂ ਸ਼ੇਰ ਜ਼ਖਮੀ ਹੋ ਜਾਂਦਾ ਨਾ ਤੇ ਹੋਰ ਵੀ ਖੁੰਖਾਰ ਹੋ ਜਾਂਦਾ ਮੇਰੇ ਵੀਰੋ। ਲਓ ਸਾਹਮਣੇ ਕਬੱਡੀ ਰਵੀ ਦਿਉੜੇ ਦੀ ਜਾਫੀ ਚਾਹੁੰਦੇ ਜਲਾਲਪੁਰ ਵਾਲਿਆ, ਜਲਾਲਪੁਰੀਆ ਤਿਆਰ ਹੈ। ਲਓ ਰਵੀ ਦਿਉੜਾ ਤੇ ਰੇਡਰ ਦਾ ਅਗਲੀ ਰੇਡ ਕਹਿੰਦੇ ਲੋਪੋਕੇ ਵਾਲੇ ਨਿਰਮਲ ਦੀ ਪੈ ਰਹੀ ਹੈ ਮੇਰੇ ਵੀਰੋ। ਇਹ ਹੈ ਨਿਰਮਲ ਲੋਪੋਕੇ ਵਾਲਾ, ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਕਹਿੰਦੇ ਵੀ ਕੁਝ ਦਰਸ਼ਕ ਜਿਹੜੇ ਆ ਬਾਹਰ ਆ ਉਹਨਾਂ ਦੀ ਐਂਟਰੀ ਨਹੀਂ ਹੋ ਸਕੀ, ਐਡਾ ਰਿਕਾਰਡ ਤੋੜ ਕੱਠ ਹੈ। ਦੱਸ ਦਈਏ ਵੀ ਕੁਝ ਦਰਸ਼ਕ ਬਾਹਰ ਆ ਉਹਨਾਂ ਦੀ ਐਂਟਰੀ ਨਹੀਂ ਹੋ ਸਕੀ। 10,000 ਪਲੱਸ ਕਰਾਊਡ ਹੈ ਗਗਨਪ੍ਰੀਤ, ਮੁਬਾਰਕ ਹੈ ਤੈਨੂੰ। ਆਓ ਸਾਹਮਣੇ ਇਸ ਵੇਲੇ ਬਾਸੀ ਸਾਹਿਬ ਨੂੰ ਮੁਬਾਰਕਬਾਦ ਹੈ ਵੱਡੇ ਕੱਪ ਦੀ ਸਫਲਤਾ ਦੀ ਮੇਰੇ ਵੀਰੋ। ਬਾਸੀ ਸਾਹਿਬ ਬਹੁਤ ਬਹੁਤ ਮੁਬਾਰਕਬਾਦ ਹੈ ਤੁਹਾਨੂੰ ਇਸ ਕੱਪ ਦੀ ਸਫਲਤਾ ਦੇ ਲਈ। ਲਓ ਜੋਤਾ ਮਹਿਮਦ ਵਾਲੀ ਹੈ, ਟੱਚ ਕਹਿੰਦੇ ਪਾਲੇ ਨੂੰ ਕੀਤਾ ਮੇਰੇ ਵੀਰੋ, ਟੱਚ ਪਾਲੇ ਨੂੰ ਕੀਤਾ ਤੇ ਨੰਬਰ ਜੋਤੇ ਨੇ ਜੋੜ ਦਿੱਤਾ। ਇਹ ਕੌਣ ਆ ਗਿਆ, ਰਿੰਕੂ ਖਰੈਟੀ ਆ ਗਿਆ ਮੇਰੇ ਵੀਰੋ, ਰਿੰਕੂ ਖਰੈਟੀ 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 ਹੋ ਗਈ। ਸੁਰਖਪੁਰੀਏ ਨੇ ਯਾਦਾਂ ਤੱਕ ਆ ਦਿੱਤੀ ਹੈ ਤੇ ਪੁਆਇੰਟ ਇਸ ਵੇਲੇ ਰਿੰਕੂ ਖਰੈਟੀ ਦਾ ਪੁਆਇੰਟ ਇਸ ਲੀਡਰ ਦੇ ਹਿੱਸੇ ਜਾ ਜੁੜਿਆ। ਐ ਮੁੱਲ ਪੈਣ ਸਰੀਰਾਂ ਦੇ ਜਿੰਨਾਂ ਲਾਈਆਂ ਮਿਹਨਤਾਂ ਉੱਠ ਕੇ, ਧਨ ਜ਼ੋਰ ਜਵਾਨਾਂ ਦਾ ਮੇਲਾ ਲੈ ਜਾਣ ਭਰਿਆ ਲੁੱਟ ਕੇ, ਇਹ ਅੜੀਅਲ ਘੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ, ਰਾਜੇ ਖੇਲੇ ਹੱਟ ਪਾਸੇ ਲੁੱਟੀਆਂ ਪਾਉਂਦੀ ਫਰੇ ਜਵਾਨੀ, ਲੁੱਟੀਆਂ ਲੁੱਟੀਆਂ ਪਾਉਂਦੀ ਫਰੇ ਜਵਾਨੀ, ਲੁੱਟੀਆਂ ਪਾਉਂਦੀ ਫਰੇ।
ਕਾਲੇ ਦੀ ਜਵਾਨੀ ਲੁੱਡੀਆਂ ਪਾਉਂਦੀ ਫਿਰੇ ਜਵਾਨੀ। ਲਓ ਰਾਜੂ ਕੋਟਲਾ ਭੜੀ ਵਾਲਾ ਮੇਰੇ ਵੀਰੋ, ਕੋਟਲਾ ਭੜੀ ਵਾਲਾ ਇਸ ਲਈ ਕਹਿੰਦੇ ਰਾਜੂ ਕਬੱਡੀ ਪਾ ਰਿਹਾ। ਉਹ ਜਿਹੜੇ ਜਿਹੜੇ ਕਹਿੰਦੇ ਆ ਵੀ ਰਾਜੂ ਸਿੱਖੀ ਸਰੂਪ ਦੇ ਵਿੱਚ ਖੇਡਦਾ ਸੋਹਣਾ ਲੱਗਦਾ, ਇੱਕ ਵਾਰੀ ਫਿਰ ਤਾੜੀਆਂ ਮਾਰ ਕੇ ਦੱਸਿਓ ਮੇਰੇ। ਲਓ ਸਾਰੀ ਸੰਗਤ ਹੀ ਤਾੜੀਆਂ ਮਾਰ ਰਹੀ ਹੈ, ਪਰ ਪੁਆਇੰਟ ਯੋਧੇ ਸੁਰਖਪੁਰੀਏ ਨੇ ਜੋੜ ਦਿੱਤਾ ਹੈ, ਪੁਆਇੰਟ ਯੋਧੇ ਸੁਰਖਪੁਰੀਏ ਨੇ। ਅੱਜ ਜਿਹੜੀ ਵੀ ਟੀਮ ਬਣੀ ਆ ਨਾ, ਜਿਵੇਂ ਕਹਿੰਦੇ ਹੁੰਦੇ ਆ ਵੀ ਬੰਬ ਟੀਮ ਹੀ ਬਣੀ ਆ, ਠੇਠ ਪੰਜਾਬੀ ਦੇ ਵਿੱਚ ਦੁੱਗਾ ਵਾਲਿਆ ਜਿਹਨੂੰ ਕਹਿੰਦੇ ਹੁੰਦੇ ਵੀ ਬੰਬ ਟੀਮਾਂ ਬਣ ਕੇ ਆਈਆਂ, ਅੱਜ ਸਾਰੇ ਬਣ ਕੇ ਆਏ ਹੈ। ਲਓ ਇੰਦਰਜੀਤ ਕਲਸੀਆਂ ਵਾਲਾ, ਬੰਟੀ ਟਿੱਬੇ ਵਾਲਾ, ਬੰਟੀ ਟਿੱਬੇ ਵਾਲਾ ਤੇ ਇੰਦਰਜੀਤ, ਇੰਦਰਜੀਤ ਤੇ ਬੰਟੀ, ਬੰਟੀ ਤੇ ਇੰਦਰਜੀਤ, ਬੰਟੀ ਲਓ ਲਓ ਨੰਬਰ ਬੰਟੀ ਲੈ ਮੇਰੇ ਵੀਰੂ। ਇੱਧਰ ਖੁਸ਼ੀ ਕਹਿੰਦਾ ਵੀ ਕਲਸੀਆਂ ਵਾਲਾ ਵੀ ਸਿਰਾ ਲਾ ਰਿਹਾ, ਬੱਲੇ ਬੱਲੇ ਕਰਵਾ ਰਿਹਾ ਤੇ ਕਬੱਡੀ ਗੱਗੀ ਪਾ ਰਿਹਾ, ਖੀਰਾਂ ਵਾਲੀ ਹੈ ਗੱਗੀ ਖੇਡ ਮੈਦਾਨ ਦੇ ਵਿੱਚ ਪਾ ਰਿਹਾ, ਹਮਰ ਕਬੱਡੀ ਦਾ ਹਮਰ ਗੱਗੀ ਖੀਰਾਂ ਵਾਲੀ ਆ, ਖੀਰਾਂ ਵਾਲਦਾ ਫਤਿਹ ਸਿੰਘ ਨੂੰ ਮਾਣ ਹੈ। ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਟਰੈਕਟਰ ਲੈਣਾ ਔਖਾ ਹੋ ਜਾਂਦਾ ਜੱਟ ਨੂੰ, ਤੇ ਦੋ ਟਰੈਕਟਰ ਵਰਲਡ ਕੱਪ ਜਿੱਤੇ, ਇੱਕ ਜਿੱਤਿਆ ਰਾਏਕੋਟ ਦੇ ਮੇਲੇ ਤੋਂ, ਤੇ ਮੇਰੇ ਵੀਰੋ ਘਰੇ ਲਿਆ ਕੇ ਖੜਾ ਦਿੱਤੇ ਆ। ਫਤਿਹ ਸਿੰਘ ਨੂੰ ਮਾਣ ਹੈ ਆਪਣੇ ਪੁੱਤਰ ਦੀ ਖੇਡ ਤੇ, ਖੀਰਾਂ ਪੀਆ ਗਗਨ ਸਿੰਘ ਪਿੰਡਾ। ਸਰੀਰ ਤਾਂ ਥੋੜਾ ਮੇਰੇ ਵੀਰੋ ਮੋਟਾ ਹੈ, ਪਰ ਉਮਰ ਜਿਹੜੀ ਬਹੁਤ ਥੋੜੀ ਹੈ। ਇਸ ਵੇਲੇ ਪਈ ਹੁਰੇਡ ਦੇ ਉੱਪਰ ਚੌਂ ਜਾਫੀਆਂ ਵਿੱਚ ਕਮਲ ਹੈ, ਪਲ ਪੋਪਰੀਏ ਇਸ਼ਾਰੇ ਨੇ ਵੀ ਬੱਲੇ ਬੱਲੇ ਕਰਵਾਈ ਹੋਈ ਹੈ ਮੇਰੇ ਵੀਰੋ। ਆਓ ਆਓ ਦੇਖੋ ਸਾਹਮਣੇ ਇਸ਼ਾਰਾ, ਇਸ਼ਾਰਾ ਤੇ ਰਵੀ, ਇਸ਼ਾਰਾ ਤੇ ਰਵੀ, ਇਸ਼ਾਰਾ ਤੇ ਰਵੀ, ਨੰਬਰ ਰਵੀ ਦਿਓਰੇ ਦਾ, ਨੰਬਰ ਰਵੀ ਦਿਓਰੇ ਦਾ। ਅਗਲੀ ਰੇਡ ਅੰਬਰਸਰੀਏ ਮੁੰਡੇ ਦੀ, ਅੰਬਰਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ, ਅੰਬਰਸਰੀਆ ਮੁੰਡਿਆ ਕੱਚੀਆਂ ਕਲੀਆਂ ਨਾ ਤੋੜ। ਲੋਪੋ ਕੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਪੈਂਦਾ ਹੈ ਇਸ ਖਿਡਾਰੀ ਦਾ ਪਿੰਡ। ਲਓ ਪੁਆਇੰਟ ਇਸ ਵੇਲੇ ਵੀਰੋ ਰੇਡਰ ਦੇ ਹਿੱਸੇ ਜਾ ਜੁੜਿਆ, ਪੁਆਇੰਟ ਗੁਰਦਾਸਪੁਰ ਲਾਇਨਸ ਦਾ ਹੈ, ਤੇ ਕਹਿੰਦੇ ਇਸ ਵੇਲੇ ਕੁਵੇਟ ਕਿੰਗਸ ਕਬੱਡੀ ਕਲੱਬ ਵੱਲੋਂ ਵੀਰੋ ਮਹਿਮਦ ਵਾਲੀ ਹੈ ਜੋਤੇ ਦੀ, ਜੋਤਾ ਮਹਿਮਦ ਵਾਲ, ਖੀਰਾ ਵਾਲ, ਸੰਗੋਲਾ ਪ੍ਰਸਿੱਧ ਨਗਰ ਨੇ। ਲਓ ਸੁਰਖਪੁਰ ਦੀ ਗੱਲ ਹੁੰਦੀ ਹੈ ਕਬੱਡੀ ਦੀ ਨਰਸਰੀ ਦਾ, ਪੇਪਰ ਵਾਲਾ ਮੇਰੇ ਵੀਰੋ ਇਸ਼ਾਰਾ ਇਸ ਲਈ ਲਾ ਪਾਊ ਜਫਾ ਕਿ ਨਹੀਂ, ਬੱਲੇ 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 ਖੇਡ ਮੈਦਾਨ ਦੇ ਵਿੱਚ ਕਹਿੰਦੇ ਜਫਾ ਇਸ਼ਾਰੇ ਨੇ ਲਾ ਦਿੱਤਾ ਹੈ ਮੇਰੇ ਵੀਰੋ, ਜਫਾ ਇਸ਼ਾਰੇ ਨੇ ਲਾ ਦਿੱਤਾ ਹੈ। ਉਹ ਸਾਰੇ ਦਾ ਜਫਾ ਵਧੀਆ ਲੱਗਿਆ ਦਰਸ਼ਕ ਵੀਰੋ, ਜਫਾ ਤੇ ਹਰ ਇੱਕ ਹੀ ਆਨੰਦ ਦੇ ਰਿਹਾ, ਹਰ ਇੱਕ ਹੀ ਕਿ ਰੇਟਾਂ ਭਾਵੇਂ ਲੱਖ ਪੈਂਦੀਆਂ, ਪਰ ਗੱਲ ਜਫਿਆਂ ਤੇ ਮੁੱਕਣੀ ਹੈ, ਰੇਟਾਂ ਭਾਵੇਂ ਲੱਖ ਪੈਂਦੀਆਂ। ਲਓ ਸਾਹਮਣੇ ਇਸ ਵੇਲੇ ਫੜੀ ਹੋਈ ਬਾਂਹ ਕੇ ਪੈਦਾ, ਮੇਰੀ ਬਾਂਹ ਛੱਡ ਦੇ ਤੈਨੂੰ ਰੋਕਦੀ ਰਮਜਨਾ ਕੋਈ, ਹੱਥ ਘੁੱਟ ਕੇ ਫੜ ਲਈ ਬੇ, ਹਲੇ ਸਾਡੀ ਉਮਰ ਨੇ ਆਣੀ। ਮੈਂ ਸੁਣਿਆ ਮੇਲੇ ਚੋਂ ਵਿਛੜ ਗਏ ਕਈ ਰੂਹਾਂ ਦੇ ਹਾਣੀ, ਮੈਂ ਸੁਣਿਆ ਮੇਲੇ ਚੋਂ ਵਿਛੜ ਗਏ ਕਈ ਰੂਹਾਂ ਦੇ ਹਾਣੀ। ਲਓ ਅੱਜ ਦੁਬਈ ਵਾਲਾ ਮੇਲਾ ਲੱਗਿਆ ਹੋਇਆ ਹੈ ਮੇਰੇ ਵੀਰੋ, ਐਨ ਸਿਰਾ ਹੋਇਆ ਪਿਆ, ਕਾਲਾ ਧਨੌਲੇ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ, ਧਨੌਲੇ ਵਾਲਾ ਕਾਲਾ ਕਬੱਡੀ ਪਾ ਰਿਹਾ, ਧਨੌਲੇ ਵਾਲਾ ਕਾਲਾ ਕਬੱਡੀ ਪਾ ਰਿਹਾ, ਕਮਲ ਜਫਾ ਲਾਉਣ ਦੀ ਕੋਸ਼ਿਸ਼ ਕਰ ਰਿਹਾ। ਆਹ ਵੇਖੋ ਸਾਹਮਣੇ ਨਜ਼ਾਰਾ, ਪਿਆਰ ਦੇ ਨਾਲ ਗਾ ਰਿਹਾ, ਪਿਆਰ ਦੇ ਨਾਲ ਨੌਜਵਾਨਾਂ, ਪਿਆਰ ਨਾਲ, ਪਿਆਰ ਨਾਲ, ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਤੇ ਪਿਆਰ ਨਾਲ ਰਹੋਗੇ ਤੇ ਨਿਬੜ ਜਾਂਦੇ ਨੇ। ਲੈ ਵੀ ਪਿਆਰ ਨਾਲ ਜਵਾਨਾ ਕਾਲਿਆ, ਤੁਸੀਂ ਦੋਨੇ ਹੀ ਬੜੇ ਵਧੀਆ ਖਿਡਾਰੀ ਹੋ, ਬੜੇ ਵਧੀਆ ਇਨਸਾਨ ਹੋ। ਉਹ ਹੰਮਰ ਨੂੰ ਕਿਨੇ ਪਰ ਨਹੀਂ, ਹੰਮਰ ਐਡੀ ਛੇਤੀ ਨਹੀਂ ਕਹਿੰਦੇ ਰੁਕਦਾ,
ਖੀਰਾਂ ਵਾਲੀ ਹੈ। ਲੋਕ ਗੱਲਾਂ ਕਰਦੇ ਆ ਵੀ ਯਾਰ ਇਹਦੇ ਕੋਈ ਕੁੰਡਾ ਕਾਂਡਾ ਹੀ ਪਾ ਲਓ, ਫਿਰ ਕੀ ਆ ਫੜ ਹੋ ਜਾਵੇ, ਪਰ ਖੀਰਾਂ ਵਾਲੀ ਆ ਗੱਗੀ ਇਹ ਆਪਣੀ ਦਿੱਖ ਪਾਲਾ ਜਲਾਲਪੁਰੀ ਆ, ਪਾਲਾ ਜਲਾਲਪੁਰੀ ਆ। ਜੋਤਾਂ ਵੀ ਬੱਲੇ ਬੱਲੇ ਕਰਵਾ ਰਿਹਾ, ਜੋਤਾਂ ਵੀ ਬੱਲੇ ਬੱਲੇ ਕਰਵਾ ਰਿਹਾ। ਇਸ ਮੈਚ ਤੋਂ ਬਾਅਦ ਲੋਕਲ ਮੈਚ ਖੇਡਿਆ ਜਾਊਗਾ, ਉਸ ਤੋਂ ਬਾਅਦ ਅਗਲੇ ਮੈਚਾਂ ਦਾ ਸਕੈਜੂਅਲ ਸੈਮੀਫਾਈਨਲ ਮੈਚਾਂ ਦਾ ਦੌਰ ਸ਼ੁਰੂ ਹੋਊਗਾ। ਬਹੁਤ ਤਕੜੇ ਮੈਚ ਹੁਣ ਤੋਂ ਜਿਹੜੇ ਬਾਅਦ ਨੇ ਆਹ ਵੀ ਤਕੜੇ ਖੇਡੇ ਜਾ ਰਹੇ ਨੇ, ਜਿਹੜੇ ਨੈਕਸਟ ਮੈਚ ਆਉਣਗੇ ਉਹ ਵੀ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਲਿਖੇ ਜਾਣ ਲਿਖਈ ਜਾਣ ਵਾਲੀ ਜਿਹੜੀ ਹੈ ਉਹ ਇਮਾਰਤ ਪੇਸ਼ ਹੋਊਗੀ। ਨਾਲ ਜੁੜੀ ਖੇਡ ਮੈਦਾਨ ਦੇ ਨਾਲ ਰੁਪਿੰਦਰ ਅਮਨਦੀਪ ਇਸ ਮੈਚ ਦੀ ਗੱਲ ਕਰਦੇ ਹੋਏ। ਲਓ ਰਾਜੂ ਵੀ ਇਸ ਵੇਲੇ ਰੇਡ ਪਈ ਹੈ ਮੇਰੇ ਵੀਰੂ, ਲੋਕਲ ਟੀਮਾਂ ਪਲੀਜ਼ ਜਲਦੀ ਨਾਲ ਤਿਆਰ ਹੋ ਕੇ ਆ ਜਾਣ। ਲੈ ਵੀ ਰੰਧਾਵਿਆ ਤੂੰ ਵੀ ਤਿਆਰੀ ਖਿੱਚ ਲਾ, ਰੰਗੀਲਿਆ ਹੁਸ਼ਿਆਰਪੁਰ ਜ਼ਿਲ੍ਹੇ ਦੀ ਪ੍ਰਸਿੱਧ ਜੋੜੀ। ਇੱਧਰ ਨਿੰਮਾ ਸੇਖਾ ਵੀ ਆਇਆ ਹੋਇਆ ਸਾਥ ਦੇਵੇਗਾ, ਨਿੰਮਾ ਵੀ ਆਇਆ ਹੋਇਆ, ਜੱਗੀ ਡੱਲੇ ਵਾਲਾ ਵੀ ਆਇਆ, ਉਹਦਾ ਵੀ ਵੀਰ ਦਾ ਧੰਨਵਾਦ ਹੈ। ਲਓ ਸਾਹਮਣੇ ਕਾਲਾ ਧਨੌਲੇ ਵਾਲਾ, ਕਾਲਾ ਕਾਲਾ ਧਨੌਲੇ ਵਾਲਾ, ਧਨੌਲੇ ਪਿੰਡ ਵਾਲਾ ਕਾਲਾ ਕਬੱਡੀ ਪਾ ਰਿਹਾ। ਫਰਿਆਦ ਦੀ ਕੋਸ਼ਿਸ਼ ਹੈ ਪਰ ਕਾਲਾ ਇਸ ਵੇਲੇ ਬੱਲੇ ਬੱਲੇ ਕਰਵਾ ਰਿਹਾ ਹੈ, ਕਾਲਾ ਕਾਲਾ ਧਨੌਲੇ ਵਾਲਾ ਬੱਲੇ ਬੱਲੇ ਕਰਵਾ ਰਿਹਾ ਹੈ। ਪੂਰਾ ਨਜ਼ਾਰਾ ਆ ਰਿਹਾ ਹੈ, ਦਵਾਈ ਦੇ ਕੱਪ ਦਾ ਕਹਿੰਦੇ ਪੂਰਾ ਨਜ਼ਾਰਾ ਆ ਰਿਹਾ ਦਰਸ਼ਕ ਵੀਰੂ, ਐਨ ਇਸ ਵੇਲੇ ਗੱਗੀ ਨੇ ਕਬੱਡੀ ਪਾ ਦਿੱਤੀ ਹੈ। ਲੈ ਵੀ ਪਾਜਦਿਆਂ ਮਾਰਿਆ ਦੇਖਦਿਆਂ ਨਜ਼ਾਰਾ, ਆਓ ਸਾਹਮਣੇ ਗੱਗੀ ਇੱਕ ਵਾਰ ਚੈਨ ਟੁੱਟੀ ਹੈ, ਗੱਗੀ ਨੇ ਅਪੀਲ ਕੀਤੀ ਹੈ ਮੇਰੇ ਵੀਰੂ। ਇਹ ਹੰਮਰ ਹੈ, ਹੰਮਰ ਦਾ ਮੁਕਾਬਲਾ ਇਸ ਵੇਲੇ ਬੱਲੇ 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 ਗੱਗੀ ਖੀਰਾ ਵਾਲੀ ਹੈ। ਹੰਮਰ ਦੇ ਵਿੱਚ ਕਹਿੰਦੇ ਜਾਨ ਬੜੀ ਹੁੰਦੀ ਹੈ, ਦੁੱਗਾ ਵਾਲੇ ਨੂੰ ਪਤਾ ਹੈ ਇਹ ਚਲਾਉਂਦਾ ਰਹਿੰਦਾ ਕੈਨੇਡਾ ਦੇ ਵਿੱਚ। ਲਓ ਸਾਹਮਣੇ ਨੌ ਕੌਣ ਕਬੱਡੀ ਪਾ ਮੇਰੇ ਵੀਰੋ, ਮੈਂ ਬਣਵਾ ਦਾ ਜੋਤਾਂ ਇਸ ਵੇਲੇ ਕਬੱਡੀ ਪਾ ਰਿਹਾ। ਲੈ ਵੀ ਨਿੰਦੀ ਪੇਲੜੇ ਵਾਲਿਆ ਤੇ ਭਰਾ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਲਾਉਣੇ ਜਾਓ ਪਾਲਾ ਮੇਰੇ ਵੀਰੋ, ਪਾਲਾ 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 ਜਲਾਲਪੁਰ ਦਾ ਜਲਾਲਪੁਰੀਏ ਪਾਲੇ ਦਾ ਖੁਸ਼ ਹੋਈ ਹੈ ਪਾਲੇ ਦੇ ਜੱਫੇ ਤੋਂ। ਉਹ ਤਾਂ ਉੱਧਰ ਲਿਆ ਨੇ ਮਾਰਦਾ, ਹੁਣ ਤੁਹਾਡਾ ਲਲਕਾਰਾ ਵੇਖਣਾ ਹੈ। ਉਹ ਵਧੀਆ ਲੱਗਿਆ ਜੱਫਾ ਪਾਲੇ ਨੂੰ, ਵਾਸੀ ਸਾਹਿਬ ਖੁਸ਼ ਹੋ, ਐਨ ਕਹਿੰਦੇ ਰੂਹ ਖੁਸ਼ ਹੋ ਗਈ ਅੱਜ। ਲਓ ਸਾਹਮਣੇ ਸਿਰੇ ਲਾਓਗੇ ਵਾਲੇ ਨੂੰ ਇੱਧਰ ਜੱਫਾ ਲੱਗ ਪਾਓ, ਆਓ ਸਾਹਮਣੇ, ਵਾਹ ਵੇ ਗੱਭਰੂ ਹੈ ਨਿਰਮਲ ਲੋਪੋਕੇ ਵਾਲਾ, ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ। ਰਵੀ ਦਿਓਰੇ ਦੀ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ। ਰਵੀ ਦਿਓਰਾ ਹਰਿਆਣੇ ਦਾ ਸ਼ੋਰਾ, ਪੰਜਾਬ ਦੇ ਗੱਭਰੂ ਹੈ, ਹਰਿਆਣੇ ਦੇ ਸ਼ੋਰੇ ਹੈ, ਇਹ ਮੁੰਡਾ ਕਹਿੰਦੇ ਬੱਲੇ ਬੱਲੇ ਕਰਵਾਉਂਦਾ ਹੈ। ਰਵੀ ਦਿਓਰੇ ਨੇ ਇਸ ਵੇਲੇ ਰੇਡ ਪਾ ਦਿੱਤੀ ਹੈ, ਕਮਲ ਫਰਿਆਦ ਇੰਦਰਜੀਤ ਤੇ ਹੁਸ਼ਿਆਰਾ ਬੋਪਰ ਦਾ। ਅੰਮ੍ਰਿਤ ਦੇ ਲਈ ਕਹਿੰਦੇ ਗੱਗੀ, ਖੀਰਾਂ ਵਾਲੀਆਂ ਦੇ ਲਈ ਸਤਨਾਮ ਸਿੰਘ ਜੀ ਉਹਨਾਂ ਵੱਲੋਂ 50 ਗ੍ਰਾਮ ਦਾ ਮਾਨ ਸਨਮਾਨ ਆਇਆ, ਬਹੁਤ ਬਹੁਤ ਧੰਨਵਾਦ ਹੈ। ਆਪਾਂ ਖੇਤੇ ਖਿਡਾਰੀਆਂ ਦਾ ਮਾਣ ਕੀਤਾ ਜਾ ਰਿਹਾ, ਸਨਮਾਨ ਕੀਤਾ ਜਾ ਰਿਹਾ। ਗੁਰਦਾਸਪੁਰ ਲਾਇਨਜ਼ ਵੱਲੋਂ ਕਬੱਡੀ ਖੇਡ ਮੈਦਾਨ ਦੇ ਵਿੱਚ ਰਾਜੂ ਕੋਟਲੀ ਕੋਟਲਾ ਭੜੀ ਵਾਲਾ ਪਾਰਕ ਹੈ। ਲਓ ਸਾਹਮਣੇ ਇੱਕ ਪਾਸੇ ਹਜੇ ਕੁਛ ਵੀ ਹੋ ਸਕਦਾ, ਹਜੇ ਕੁਝ ਵੀ ਹੋ ਸਕਦਾ ਮੇਰੇ ਵੀਰੋ, ਹਜੇ ਕੁਝ ਵੀ ਹੋ ਸਕਦਾ। ਕਬੱਡੀ ਹੈ ਰੁਪਿੰਦਰ, 10 ਤੇ 11 ਜੱਫੇ ਹੈ, ਕੁੱਲ 21 ਜੱਫੇ ਹੈ, ਹੁਣ ਦੇਖਦਾ ਵੀ 22ਵਾਂ ਜੱਫਾ ਲਾ ਕੇ ਕੌਣ 22
ਬਣਦਾ ਉਹ ਹੁਣ ਬਾਈ ਬਾਈ ਕੌਣ ਕਰਾਓ ਮੇਰੇ ਵੀਰੋ ਗੱਲ ਸਮੇਂ ਦੀ ਹੋਣੀ ਹੈ ਲਓ ਆਓ ਬਾਈ ਬਾਈ ਮੈਨੂੰ ਲੱਗਦਾ ਮੁੰਡਾ ਕਾਸੀਆਂ ਵਾਲਾ ਕਰਵਾਓ ਕਾਸੀਆਂ ਵਾਲਾ ਅੰਤ ਕਰਾ ਗਿਆ ਮੇਰੇ ਵੀਰੋ ਕਾਸੀਆਂ ਵਾਲਾ ਬਰ ਬਰ ਜੀ ਇੰਦਰਜੀਤ ਦਾ ਇੰਦਰਜੀਤ ਹੈ ਬਾਈਵਾਂ ਜੱਫਾ ਲਾ ਗਿਆ ਲਓ ਬਾਈਵਾਂ ਜੱਫਾ ਲਾ ਗਿਆ ਮੁੰਡਾ ਸਿਰਾ ਕਰਾ ਗਿਆ ਅਮਨ ਅਮਨ ਇੱਕ ਮਿੰਟ ਗੱਲ ਉਹ ਸਵਾਦ ਆਇਆ ਕਿ ਨਹੀਂ ਬਾਈ ਮੈਂ ਜੱਫੇ ਲਓ ਜਲਾਲ ਵਾਲੇ ਮਨੀ ਕੋਲੇ ਇੰਦਰਜੀਤ ਤੇ ਕਾਲੇ ਧਨੌਲੇ ਨੇ ਬੜਾ ਪਿਆਰ ਹੈ ਉਸ ਵਿੱਚ ਤਾਂਹੀਓ ਤੇ ਬਾਈਵੇਂ ਜੱਫੇ ਤੇ ਆ ਕੇ ਮੱਖਣ ਵਾਲੀ ਜੀ ਬਾਈ ਬਾਈ ਹੋ ਗਈ ਹੈ ਬੜਾ ਬੜਾ ਸਤਿਕਾਰ ਹੈ ਦੋਨੋਂ ਖਿਡਾਰੀਆਂ ਦਾ ਸੋ ਲੋਕਲ ਟੀਮਾਂ ਆ ਗਈਆਂ ਹਜ਼ਾਰ ਪਾਲੇ ਦੇ ਜੱਫੇ ਦਾ 200 ਕਹਿੰਦੇ ਜਿਹੜਾ ਮਰਜ਼ੀ ਜੱਫਾ ਲਾ ਦੇ ਅਤੇ ਦਰਾਮਾਂ ਦੀ ਗੱਲ ਹੋਣੀ ਹੈ ਲਓ ਸਾਹਮਣੇ ਗੁਰਦਾਸਪੁਰ ਲਾਈਨਸ ਦੀ ਮੇਰੇ ਵੀਰੋ ਮਾਨ ਸਨਮਾਨ ਹੋਣਗੇ ਲਓ ਕਬੱਡੀ ਸਿਰੇ ਦਾ ਮੈਚ ਪਾਲਾ ਪਾਲਾ ਅਤੇ ਵੀ ਦਿਓਰਾ ਰਵੀ ਦਿਓਰਾ ਰਾਜੂ ਆ ਗਿਆ ਅਮਨਿਆ ਹੁਣ 11-11 ਹੋ ਗਏ ਕਿ ਨਹੀਂ ਜੱਫੇ ਜਾਂ 12-11 ਇਹ ਦੱਸੀ ਜਵਾਨਾ ਵੀ ਕਿੱਦਾਂ ਕਿੱਦਾਂ ਕਹਾਣੀ ਹੈ ਬਾਗੜੀਆ ਸਾਹਿਬ ਤੋਂ ਪੁੱਛ ਕੇ 11-11 ਜੱਫੇ ਹਰਪਿੰਦਰ ਵੀ ਦਰਸ਼ਕ ਵੀਰੋ ਨੰਬਰ ਅੱਧੇ ਦਾ ਫਰਕ ਆ ਹਜੇ ਕੋਈ ਪਤਾ ਨਹੀਂ ਕੌਣ ਜਿੱਤੂਗਾ ਏਦਾਂ ਕੰਜੂਸੀ ਨਾ ਵਰਤੋ ਜੇ ਤਾੜੀ ਮਾਰਨੀ ਆ ਤਾਂ ਫਿਰ ਖੁੱਲ ਕੇ ਜ਼ੋਰਦਾਰ ਤਾੜੀ ਮਾਰ ਕੇ ਲਓ ਇਸ ਵੇਲੇ ਚੋਤੇ ਦੀ ਰੇਡ ਚੋਤਾ ਮਹਿਮਦਵਾਲ ਦੀ ਧਰਤੀ ਦਾ ਇਸ ਵੇਲੇ ਕਮਲ 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 ਤੇ ਜੋਤਾ ਕਮਲ ਤੇ ਜੋਤਾ ਲਾਲੀ ਕਹਿੰਦਾ ਕੈਂਚੀ ਸਿਰ ਦੇ ਕਾ ਲਾਲੀ ਕਹਿੰਦਾ ਕੈਂਚੀ ਸਿਰ ਦੇ ਲਓ ਕਮਲ ਟਿੱਪੇ ਵਾਲਾ ਪੱਲੇ 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 ਐਰ ਦੇਖਦਾ ਵੀ ਇਸ ਵੇਲੇ ਔਰ ਆਹ ਵੇਖੋ ਪੁਆਇੰਟ ਰੇਡਰ ਦਾ ਕੁਝ ਵੀ ਹੋ ਸਕਦਾ ਤੇ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ ਹਲੇ ਤਾਂ ਯਾਰ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਜਵਾਨ ਚ ਕੁਝ ਵੀ ਹੋ ਸਕਦਾ ਹਮਰ ਆ ਗਿਆ ਹਮਰ ਆ ਗਿਆ ਹਮਰ 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 ਇਸ ਲਈ ਯਾਦਾ ਯਾਦਾ ਤੇ ਗੱਗੀ ਯਾਦਾ ਤੇ ਗੱਗੀ ਯਾਦਾ ਤੇ ਗੱਗੀ ਬਾਈ ਮੈਚ ਬਾਰੇ ਕੀ ਖਿਆਲ ਕਹਿੰਦੇ ਸਿਰੇ ਹੀ ਹੈ ਦੁਨੀਆ ਖੁਸ਼ ਹੈ ਮੇਰੇ ਵੀਰੋ ਐਡਾ ਵੱਡਾ ਇਕੱਠ ਜਿਹੜਾ ਹੈ ਕਿਸੇ ਪੰਜਾਬ ਤੋਂ ਬਾਹਰ ਜੇ ਕਿਸੇ ਕੰਟਰੀ 'ਚ ਵੇਖਿਆ ਤਾਂ ਦੁਬਈ ਵਾਲਿਆਂ ਨੇ ਰਿਕਾਰਡ ਬਣਾਇਆ ਦੁਬਈ ਵਾਲਿਆਂ ਨੇ ਰਿਕਾਰਡ ਬਣਾਇਆ ਮੇਰੇ ਵੀਰੋ ਉਹ ਟਿੱਪੇ ਵਾਲਾ ਬਾਂਟੀ ਤੇ ਇੰਦਰਜੀਤ ਫਰਨੇਸ਼ ਭੰਗੜੇ ਪੈਂਦੇ ਸਵਾਦ ਆਇਆ ਸਿਰੇ ਦਾ ਮੈਚ ਹਾਂ ਬਾਈ ਰੇ ਸਵਾਦ ਆ ਰਿਹਾ ਤੇ ਇੱਕ ਵਾਰੀ ਭੰਗੜਾ ਪਾ ਦਿਓ ਭੰਗੜਾ ਐਨ ਨਜ਼ਾਰਾ ਵੱਜਿਆ ਹੋਇਆ ਮੇਰੇ ਵੀਰੋ ਸਿਰਾ ਲੱਗਿਆ ਹੋਇਆ ਨਜ਼ਾਰਾ ਵੱਜਿਆ ਹੋਇਆ ਸਿਰਾ ਲੱਗਿਆ ਹੋਇਆ ਫਰੀ ਹੋਈ ਰਾਜੂ ਕੋਟਲਾ ਭੜੀ ਵਾਲਾ ਰਾਜੂ ਤੇ ਦੂਸਰੇ ਪਾਸੇ ਯੋਧਾ ਯੋਧਾ ਸ
ਸੁਰਖਪੁਰ ਵਾਲਾ, ਯੋਧਾ ਸੁਰਖਪੁਰ ਵਾਲਾ, ਯੋਧਾ ਤੇ ਰਾਜੂ ਹੈ, ਯੋਧਾ ਤੇ ਰਾਜੂ। ਮੱਖਣ ਅਲੀ ਜੀ, ਜਿਵੇਂ ਅਮਰੀਕਾ ਦਾ ਅੱਜ ਤਾਂ ਸ਼ੇਖਾਂ ਦੇ ਜਵਾਕ ਬੁੜਕ ਬੁੜਕ ਕੇ ਉੱਠਦੇ ਹੋਣਗੇ ਵੀ ਆਹ ਕੀ ਹੋਈ ਜਾਂਦਾ ਹੈ। ਇੱਧਰ ਵਿੱਕੀ ਵੀ ਕਹਿੰਦੇ 100 ਦਰਾਮ ਸਾਡਾ ਵੀਰ ਬੋਲਾਂ ਦੇ ਲਈ ਪੁੱਜਦਾ ਕਰਦਾ, ਬਹੁਤ ਬਹੁਤ ਧੰਨਵਾਦ ਹੈ। ਲਓ ਸਾਹਮਣੇ ਇਸ ਵੇਲੇ ਨੌਜਵਾਨ ਕਹਿੰਦੇ ਏ ਆਰ ਰਵੀ ਦਿਓਰੇ ਵਾਲਾ, ਲੈ ਵੀ ਪਾਲਿਆ ਕਨੇਡਾ ਤੋਂ ਆਇਆ, ਗੱਲ ਬਣਾਉਣੀ ਪੈਣੀ ਹੈ। ਪਰ ਸਾਹਮਣੇ ਵੇਖਦਾ ਵੀ ਇੰਦਰਜੀਤ, ਸਾਹਮਣੇ ਵੇਖਦਾ ਵੀ ਆਪਣੇ ਮਿਹਨਤ ਨੂੰ ਭਾਕਦੇ ਹੈ। ਗਗਨਪ੍ਰੀਤ ਨੇ ਕਹਿੰਦੇ ਮਿਹਨਤ ਕੀਤੀ ਆ ਸਮੁੱਚੇ ਕਾਰ ਫੇਅਰ ਗਰੁੱਪ ਦੇ ਨਾਲ ਰਲ ਕੇ, ਸਾਰੇ ਭਰਾਵਾਂ ਦੇ ਨਾਲ ਰਲ ਕੇ, ਬਾਸੀ ਸਾਹਿਬ ਉਹਨਾਂ ਨੇ ਆਪਣੇ ਸਾਰੇ ਵੀਰਾਂ ਦੇ ਨਾਲ ਰਲ ਕੇ ਮਿਹਨਤ ਕੀਤੀ ਹੈ ਅਤੇ ਫਿਰ ਜਾ ਕੇ ਸਫਲਤਾ ਮਿਲਦੀ ਹੈ, ਫਿਰ ਜਾ ਕੇ ਸਫਲਤਾ ਜਿਹੜੀ ਮਿਲਦੀ ਹੈ ਤਾਂ ਉਹ ਸਫਲਤਾ ਉਹਦੇ ਕਦਮਾਂ ਚੁੰਮਣ ਲੱਗ ਜੇ, ਨਿਗਾਹ ਰੱਬ ਦੀ ਜਿਹਦੇ ਮਿਹਰਬਾਨ ਹੋ ਜੇ। ਲਓ ਸ਼ਰਨ ਇਹ ਤੇਰੀ ਰਜਾ ਵਿੱਚ ਸਾਰੀ ਕਾਇਨਾਤ ਚੱਲਦੀ ਨਹੀਂ, ਜ਼ਿੰਦਗੀ ਭਰੋਸਾ ਯਾਰੋ ਇੱਕ ਪਲ ਦੀ, ਲਾਲ ਮਿਲਦੇ ਕਰੋੜੀ ਨਾਹੀਂ ਲੱਖੀ ਮਾਲਕਾ, ਨਿਗਾ ਮਿਹਰ ਦੀ ਗਰਾਊਂਡ ਉੱਤੇ ਰੱਖੀ ਮਾਲਕਾ, ਨਿਗਾ ਮਿਹਰ ਦੀ ਗਰਾਊਂਡਾਂ ਉੱਤੇ ਰੱਖੀ ਮਾਲਕਾ, ਨਿਗਾ ਮਿਹਰ ਦੀ ਗਰਾਊਂਡਾਂ ਉੱਤੇ ਰੱਖੀ ਮਾਲਕਾ। ਲੋਕੀ ਕਹਿੰਦੇ ਕਾਲੇ ਤੇ ਪਾਲੇ ਦੀ ਟੱਕਰ ਦੇਖਣੀ ਚਾਹੁੰਦੇ ਆ, ਚਾਹੁੰਦੇ ਆ ਮੇਰੇ ਵੀਰੋ, ਚਾਹੁੰਦੇ ਆ। ਆਓ ਵੇਖਣਾ ਵੀ ਕਾਲਾ ਤੇ ਪਾਲਾ, ਕਾਲਾ ਤੇ ਪਾਲਾ, ਕਾਲਾ ਤੇ ਪਾਲਾ, ਖਾਲਸੇ ਦੀ ਚੜ੍ਹਦੀ ਕਲਾ ਇਸੇ ਤਰ੍ਹਾਂ ਰਹਿਣੀ ਹੈ ਮੇਰੇ ਵੀਰੋ। ਉਹ ਦੁਬਈ ਦੇ ਵਿੱਚ ਰੌਣਕ ਹੈ, ਰਾਜੀ ਕਰਤਾ ਮਨ ਦੁਬਈ ਵਾਲਿਓ, ਐਨ ਨਜ਼ਾਰਾ ਲਿਆ ਦਿੱਤਾ ਹੈ, ਮਿਹਰ ਹੈ ਤੁਹਾਡੇ ਤੇ ਕਲਗੀਆਂ ਪੇ ਦੀ, ਇਸੇ ਤਰ੍ਹਾਂ ਮਿਹਰ ਹੈ ਜਿਹੜੀ ਉਹ ਬਣੀ ਰਵੇ। ਲਓ ਸਾਹਮਣੇ ਕਬੱਡੀ ਰਵੀ ਦਿਓਰੇ ਦੀ, ਰਵੀ ਰਵੀ ਦੀ ਇਸ ਵੇਲੇ ਰੇਡ ਹੈ। ਆਓ ਵੇਖਣਾ ਵੀ ਕਲਸੀਆਂ ਵਾਲਾ, ਕਲਸੀਆਂ ਵਾਲਾ ਪਰ ਰਵੀ, ਲੈ ਵੀ ਰੁਪਿੰਦਰ ਮੈਚ ਸਮਾਪਤ। ਦੋਸਤੋ ਮੈਚ ਤੁਸੀਂ ਦੇਖ ਹੀ ਲਿਆ, ਇਸ ਮੈਚ ਦੇ ਵਿੱਚੋਂ ਦੋਨੋਂ ਟੀਮਾਂ ਜਿਹੜੀਆਂ ਉਹ ਬਰਾਬਰੀ 'ਤੇ ਨੇ, ਪਰ ਕਬੱਡੀ ਦੇ ਵਿੱਚ ਪਹਿਲਾ ਪੁਆਇੰਟ ਜਿਹੜਾ ਉਹ ਡੇਢ ਹੁੰਦਾ ਹੈ, ਇਸ ਕਰਕੇ ਉਹ ਅੱਧਾ ਪੁਆਇੰਟ ਜਿਹੜਾ ਕੁਬੇਨ ਕਿੰਗ ਦਾ ਜ਼ਿਆਦਾ ਹੈ। ਸੋ ਕੁਬੇਨ ਕਿੰਗ ਇਸ ਮੈਚ ਨੂੰ ਜਿੱਤ ਗਈ ਹੈ। ਮੈਚ ਤੁਹਾਨੂੰ ਕਿਹੋ ਜਿਹਾ ਲੱਗਿਆ, ਕਿਹੜੇ ਕਿਹੜੇ ਪਸੰਦੀਦਾ ਖਿਡਾਰੀ ਤੁਹਾਡੇ ਇਸ ਮੈਚ ਦੇ ਵਿੱਚ ਖੇਡੇ, ਉਹਨਾਂ ਦੇ ਨਾਮ ਅਤੇ ਆਪਣੀ ਇਸ ਮੈਚ ਦੇ ਬਾਰੇ ਦੇ ਵਿੱਚ ਰਾਏ ਜਿਹੜੀ ਹੈ ਉਹ ਕਮੈਂਟ ਬਾਕਸ 'ਚ ਜ਼ਰੂਰ ਲਿਖੋ। ਇਹ ਸਾਡੇ ਯੂਟਿਊਬ ਦਾ ਚੈਨਲ ਹੈ ਜਿਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ, ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਸਾਡੇ ਇਸ ਯੂਟਿਊਬ ਚੈਨਲ 'ਤੇ ਅਵੇਲੇਬਲ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ। ਸਾਡੇ ਇਸ ਮੈਚ ਨੂੰ ਤੁਸੀਂ ਜਾਂਦੇ ਜਾਂਦੇ ਥੰਬਸ ਅਪ ਦਾ ਬਟਨ ਕਲਿੱਕ ਕਰਕੇ ਸ਼ਾਬਾਸ਼ ਦੇ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।